ਸਮਝੋ ਸੱਜਣੋ ਕਿਸੇ ਨੇ ਨਹੀਂ ਲੱਗੀਆਂ ਨਿਭਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਗੱਲ ਸੱਚੀ ਹੈ ਲੋ ਇਧਰ ਮੁੱਦਕੀ ਪਿੰਡ ਹੈ ਤੇ ਬੱਬੂ ਨਾਮ ਇਸ ਕਬੱਡੀ ਖਿਡਾਰੀ ਦਾ ਕਹਿੰਦੇ ਬਾਬਾ ਫਰੀਦ ਕਬੱਡੀ ਕਲੱਬ ਦੇ ਲਈ ਇਹ ਕੈਨੇਡਾ ਦੇ ਮੈਦਾਨਾਂ ਦੇ ਵਿੱਚ ਵੀ ਬੱਬੂ ਨੇ ਤੂਤੀ ਬੁਲਾਈ ਹੈ ਇਧਰ ਖੁਖਰਾਣੇ ਵਾਲਾ ਵੀ ਬੱਬੂ ਖਿਡਾਰੀਆਂ ਦੇ ਵਿੱਚ ਕਬੱਡੀ ਪਾਉਣ ਦੇ ਲਈ ਸੱਜੇ ਪੱਟ ਤੇ ਦੋ ਥਾਪੀਆਂ ਮਾਰੀਆਂ ਤੇ ਨਿੱਕਰ ਨੂੰ ਉਤਾਂ ਚੁੱਕਿਆ ਤੇ ਪੱਟਾਂ ਦੇ ਦਰਸ਼ਨ ਕਰਵਾਏ ਹੈ ਇਧਰ ਦੇਖੋ ਚਾਰ ਜਾਫੀਆਂ ਦੇ ਵਿੱਚੋਂ ਮਾਨਕ ਦੇ ਨਾਲ ਮੁਕਾਬਲਾ ਹੋ ਗਿਆ ਲੋ ਚੰਦਾ ਵਾਲਾ ਮਾਨਕ ਖੇਡ ਮੈਦਾਨ ਦੇ ਵਿੱਚ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਦੋਨੋਂ ਖਿਡਾਰੀਆਂ ਦਾ ਇੱਕੋ ਜਿਹਾ ਵਜਨ ਹੈ ਕਦੇ ਸੱਜੇ ਤੇ ਕਦੇ ਖੱਬੇ ਪਰ ਨੰਬਰ ਦੇਖੋ ਇਧਰ ਖੁਖਰਾਣੇ ਦੇ ਇਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਚੰਦਾ ਵਾਲੇ ਮਾਨਕ ਦੇ ਨਾਲ ਕਰ ਮੁਕਾਬਲਾ ਗੱਭਰੂ ਪੁਆਇੰਟ ਲੈ ਕੇ ਆਪਣੇ ਪਾਲੇ ਵਾਪਸ ਪਰਤਿਆ ਮੁੱਦਗੀ ਇਹ ਤੇ ਖੋਸਾ ਰਣਧੀਰ ਟੀਮਾਂ ਤਿਆਰ ਬਰ ਤਿਆਰ ਹੋ ਜਾਣ ਇਧਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਮੈਚ ਆਲੇ ਦਰਜੇ ਦੇ ਖੇਡੇ ਜਾ ਰਹੇ ਹੈ ਲੋ ਮੁੱਦਗੀ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਅਗਲੀ ਉਡਾਨ ਭਰੀ ਹੈ ਉਧਰ ਮਾਂ ਮਿੱਟੀ ਦੀ ਧੂੜ ਉੱਡ ਰਹੀ ਹੈ ਕਿ ਮਿੱਟੀ ਖਾਂਦਾ ਤੇ ਮਿੱਟੀ ਤੇ ਖੇਡਦਾ ਏ ਆਖਰ ਨੂੰ ਮਿੱਟੀ ਦੇ ਵਿੱਚ ਸਮਾਏ ਬੰਦਾ ਮਿੱਟੀ ਵਿੱਚੋਂ ਇਹ ਪੈਦਾ ਅਨਾਜ ਹੁੰਦਾ ਜਿਸ ਨੂੰ ਖਾ ਕੇ ਭੁੱਖ ਮਿਟਾਏ ਬੰਦਾ ਕ੍ਰਿਕਟ ਵਿੱਚ ਵੀ ਮਿੱਟੀ ਦੀ ਪਿੱਚ ਹੁੰਦੀ ਜਿੱਤੇ ਖੜ ਕੇ ਚੌਕੇ ਛੱਕੇ ਲਾਏ ਬੰਦਾ ਮਿੱਟੀ ਵਿੱਚੋਂ ਨਿਕਲਦਾ ਕੋਲਾ ਸੋਨਾ ਚਾਂਦੀ ਤੇ ਮਿੱਟੀ ਦੀ ਇੱਟ ਨਾਲ ਘਰ ਬਣਾਏ ਬੰਦਾ ਮਿੱਟੀ ਵਿੱਚੋਂ ਨਿਕਲਦਾ ਤੇਲ ਗੈਸ ਤੇ ਪਾਣੀ ਮਿੱਟੀ ਤਰਾਸ਼ ਕੇ ਬੁੱਤ ਬਣਾਏ ਬੰਦਾ ਮਿੱਟੀ ਨੂੰ ਮੱਥੇ ਨਾਲ ਲਾਉਂਦਾ ਹਰ ਖਿਡਾਰੀ ਪਰ ਮਿੱਟੀ ਦੀ ਕਦਰ ਕੋਈ ਕੋਈ ਪਾਏ ਬੰਦਾ ਮਿੱਟੀ ਨਾਲ ਜੁੜ ਕੇ ਰਹੀ ਪਧਾਉਣ ਵਾਲਿਆ ਜੋ ਮਿੱਟੀ ਤੋਂ ਪੈਰ ਛੱਡ ਜਾਏ ਆਖਰ ਨੂੰ ਉਹ ਪਛਤਾਏ ਬੰਦਾ ਜੋ ਮਿੱਟੀ ਤੋਂ ਪੈਰ ਛੱਡ ਜਾਏ ਆਖਰ ਨੂੰ ਉਹ ਪਛਤਾਏ ਬੰਦਾ ਵਾਹ ਇਸ ਮਿੱਟੀ ਵਿੱਚ ਜੰਮੇ ਆ ਇਸ ਮਿੱਟੀ ਵਿੱਚੋਂ ਕਹਿੰਦੇ ਸਭ ਕੁਝ ਪੈਦਾ ਹੁੰਦਾ ਕਣਕ ਜਿਹੜੀ ਖਾਂਦੇ ਆ ਇਸ ਮਿੱਟੀ ਚੋਂ ਪੈਦਾ ਹੁੰਦੀ ਸੋਨਾ ਪੈਦਾ ਹੁੰਦਾ ਆ ਹੀਰੇ ਕਬੱਡੀ ਖਿਡਾਰੀ ਵੀ ਮਿੱਟੀ ਚੋਂ ਪੈਦਾ ਹੋਣ ਵਾਲੀ ਗੱਲ ਹੈ ਲਓ ਮਿੱਟੀ ਤੇ ਖੇਡੀ ਜਾਣ ਵਾਲੀ ਖੇਡ ਕਬੱਡੀ ਹੈ ਅੱਜ ਗੱਦਿਆਂ ਤੇ ਖੇਡੀ ਜਾਂਦੀ ਹੈ ਵੱਖ ਵੱਖ ਮੁਲਕਾਂ ਤੱਕ ਕਬੱਡੀ ਪਹੁੰਚ ਚੁੱਕੀ ਹੈ ਪੰਜਾਬ ਸਰਕਾਰ ਨੇ ਵੀ ਕਬੱਡੀ ਦੀ ਬਾਂਹ ਫੜੀ ਹੈ ਔਰ ਜ਼ਰੂਰੀ ਬੇਨਤੀ ਵੀ ਨਾਲ ਦੇ ਨਾਲ ਆਪਾਂ ਕਰਨੀ ਹੈ ਕਿ ਸਾਡਾ ਦਿਲਬਾਗ ਵੀਰ ਜੀ ਉਹ ਵੀ ਪਹੁੰਚ ਜਾਏ ਜੀ ਉਧਰ ਸਨਮਾਨ ਚਿੰਨ੍ਹ ਦੇਣੇ ਇੱਕ ਮੈਕ ਲੈ ਕੇ ਬਾਈ ਦਿਲਬਾਗ ਗੱਜਣ ਬਰਾੜ ਗੱਜਣ ਵਾਲਾ ਬਰਾੜ ਸਾਹਿਬ ਉਹਨੂੰ ਬੇਨਤੀ ਹੋਈ ਪਹੁੰਚ ਜਾਏ ਜੀ ਦਿਲਬਾਗ ਬਰਾੜ ਜੀ ਗੱਜਣ ਵਾਲਾ ਇਧਰ ਅਗਲੀ ਕਬੱਡੀ ਲੋ ਮੁੱਦਗੀ ਵਾਲਾ ਬੱਬੂ ਫਿਰ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਛੋਟਾ ਜਿਹਾ ਕੱਦ ਹੈ ਤੇ ਗੁੰਦਿਆ ਹੋਇਆ ਸਰੀਰ ਮੁੱਦਗੀ ਦੀ ਧਰਤੀ ਦਾ ਕਹਿੰਦੇ ਬੱਬੂ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਗਵਾਂਢੀ ਨਗਰ ਹੈ ਲੋ ਉਧਰ ਮੁਕਾਬਲਾ ਸਖਤ ਹੋਇਆ ਕੜਿਆਲ ਪਿੰਡ ਤੇ ਗੇਲੂ ਦੇ ਨਾਲ ਮੁਕਾਬਲਾ ਹੋਇਆ ਹੈ ਪਰ ਬੱਬੂ ਬੜਾ ਤੇਜ਼ ਹੈ ਕਬੱਡੀ ਓਪਨ ਦੇ ਵਿੱਚ ਕਹਿੰਦੇ ਹਰਜੀਤ ਤਲਬ ਫਰਜੈਨ ਕਬੱਡੀ ਅਕੈਡਮੀ ਪੱਤੋ ਹੀਰਾ ਸਿੰਘ ਦੇ ਲਈ ਖੇਡਦਾ ਹੈ ਇੱਕ ਜਾਨਦਾਰ ਨੰਬਰ ਆਪਣੀ ਟੀਮ ਦੇ ਲਈ ਜੋੜਿਆ ਖੁਖਰਾਣੇ ਵਾਲੇ ਨੇ ਫਿਰ ਕਬੱਡੀ ਪਾ ਦਿੱਤੀ ਹੈ ਗੁੰਦਿਆ ਹੋਇਆ ਸਰੀਰ ਇਸ ਨੌਜਵਾਨ ਖਿਡਾਰੀ ਦਾ ਇਧਰ ਚਾਰ ਜਾਫੀਆਂ ਦੇ ਵਿੱਚੋਂ ਬਿੱਲੇ ਦੇ ਨਾਲ ਮੁਕਾਬਲਾ ਹੋਇਆ ਇੱਕ ਗਗੜੇ ਦਾ ਬਿੱਲਾ ਇੱਕ ਸੂਰ ਘੂਰੀ ਦਾ ਬਿੱਲਾ ਇਧਰ ਮੁੱਦਕੀ ਵਾਲਾ ਬਿੱਲਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਪਰ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੋਈ ਵਾਹ ਜੀ ਵਾਹ ਬਹੁਤ ਵਧੀਆ ਚੱਲਦੇ ਹੋਏ ਮੁਕਾਬਲੇ ਲਗਲੀ ਕਬੱਡੀ ਮੁੱਦਕੀ ਵਾਲਾ ਮੁੰਡਾ ਫਿਰ ਅੱਗੇ ਵੱਧਦਾ ਹੋਇਆ ਉਧਰੋਂ ਕਬੱਡੀ 365.com ਦੀ ਟੀਮ ਅੱਜ ਦੇ ਟੂਰਨਾਮੈਂਟ ਨੂੰ ਲਾਈਵ ਕਰਦੀ ਹੋਈ ਉਧਰੋਂ ਜਗਰਾਜ ਬਰਾੜ ਜੀ ਜੋ ਮੀਤ ਪ੍ਰਧਾਨ ਨੇ ਅਲਬਰਟਾ ਕਬੱਡੀ ਫੈਡਰੇਸ਼ਨ ਦੇ ਕੈਨੇਡਾ ਵਿੱਚ ਬਹੁਤ ਵੱਡਾ ਨਾਮ ਕਹਿੰਦੇ ਅਲਬਰਟਾ ਕਬੱਡੀ ਫੈਡਰੇਸ਼ਨ ਦਾ ਉਹਨਾਂ ਦੇ ਮੀਤ ਪ੍ਰਧਾਨ ਨੇ ਸਰਦਾਰ ਜਗਰਾਜ ਸਿੰਘ ਜੀ ਬਰਾੜ ਮਾਲਾ ਖੁਰਦ ਵਾਲੇ ਨਵੀਂ ਅਚਰਵਾਲ ਜੀ ਕੈਨੇਡਾ ਤੋਂ ਉਹ ਵੀ ਖੇਡ ਪ੍ਰਮੋਟਰਾਂ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਉਹ ਵੀ ਅੱਜ ਦੇ ਇਸ ਟੂਰਨਾਮੈਂਟ ਨਾਲ ਜੁੜੇ ਹੋਏ ਨੇ ਲਾਈਵ ਨਜ਼ਾਰਾ ਤੱਕਦੇ ਹੋਏ ਆਪਾਂ ਸਵਾਗਤ ਕਰਦੇ ਸਮੈਕ ਤੋਂ ਸਾਰੇ ਵੀਰਾਂ ਦਾ ਜਿੰਨੀਆਂ ਵੀ ਮਾਣਯੋਗ ਸ਼ਖਸੀਅਤਾਂ ਵੱਖ ਵੱਖ ਮੁਲਕਾਂ ਚੋਂ ਇਸ ਕਬੱਡੀ ਦੇ ਨਾਲ ਜੁੜੇ ਹੋਏ ਸਾਡੇ NRI ਵੀਰ ਵੀ NRI ਵੀਰ ਰੰਗੀ ਰਹਿਣ ਵਸਦੇ ਜਿੰਨਾ ਇਹਨਾਂ ਕਬੱਡੀ ਨੂੰ ਮਾਨ ਬਖਸ਼ਿਆ ਲਓ ਸਾਹਮਣੇ ਮਾਨਕ ਚੰਦਾ ਵਾਲਾ ਕਮਾਲ ਕਰਦਾ ਤੇ ਮਾਰ ਮਾਰ ਤੌਲਾਂ ਵਿੱਚ ਹੀ ਲਾਲ ਕਰਦਾ ਮੁੰਡਾ ਮਾਨਕ ਚੰਦਾ ਵਾਲਾ ਵੀ ਭਾਵੇਂ ਉਮਰ ਛੋਟੀ ਹੈ ਵਜਨ ਥੋੜਾ ਹੈ ਪਰ ਕਬੱਡੀ ਓਪਨ ਦੇ ਟੌਪ ਦੇ ਖਿਡਾਰੀਆਂ ਵਿੱਚ ਥੋੜੇ ਸਮੇਂ ਦੇ ਵਿੱਚ ਨਾਲ ਖਾ ਗਿਆ ਸੁਖਾਸਿਆ ਅਗਲੀ ਕਬੱਡੀ ਸਤਨਾਮ ਸਿੰਘ ਮੁੱਦਕੀ ਵਾਲਾ ਪਾਉਂਦਾ ਹੋਇਆ ਤੇ ਗੱਲ ਸੁਖਰਾਜ ਸਿੰਘ ਜੀ ਰੋਡਿਆ ਸਤਨਾਮ ਦੀ ਕਬੱਡੀ ਪੈ ਰਹੀ ਹੈ ਇੱਕ ਡੱਗੋ ਰਮਾਣੇ ਦਾ ਜਿਸ ਖਿਡਾਰੀ ਦੀ ਗੁੱਡੀ ਅੰਬਰਾਂ ਤੇ ਚੜੀ ਹੋਈ ਹੈ ਪਿਛਲੇ ਸੀਜ਼ਨ ਦੇ ਵਿੱਚ ਸੱਟ ਲੱਗੀ ਹੈ ਪਰ ਇਸ ਸੀਜ਼ਨ ਦੇ ਵਿੱਚ ਫਿਰ ਸਤਨਾਮ ਦੀ ਪੂਰੀ ਤਿਆਰੀ ਹੈ ਸਿਆਲ ਦੇ ਵਿੱਚ ਸਰਦੀਆਂ ਦੇ ਸੀਜ਼ਨ ਦੇ ਵਿੱਚ ਧੁੰਮ ਮਚਾਉਣ ਲਈ ਡੱਗੋ ਰਮਾਣੇ ਵਾਲਾ ਸਤਨਾਮ ਪੂਰਾ ਤਿਆਰ ਬਰ ਤਿਆਰ ਹੈ ਇਧਰ ਖੁਖਰਾਣੇ ਵਾਲੇ ਦੀ ਕਬੱਡੀ ਪੈ ਰਹੀ ਹੈ ਤੇ ਮੁੱਦਗੀ ਵਾਲੇ ਤਿੰਨ ਜਾਫੀ ਚੌਥਾ ਜਾਫੀ ਚੰਦਾ ਵਾਲਾ ਮਾਨਕ ਲੋ ਮਾਨਕ ਦੇ ਨਾਲ ਮੁਕਾਬਲਾ ਹੋਇਆ ਹੈ ਇਧਰ ਦੇਖੋ ਮੁਕਾਬਲਾ ਸਖਤ ਹੈ ਲੱਗਾ ਹੋਇਆ ਜ਼ੋਰ ਦੋਨੋਂ ਕਬੱਡੀ ਦੇ ਖਿਡਾਰੀਆਂ ਦਾ ਪਰ ਨੰਬਰ ਖੁਖਰਾਣੇ ਦੀ ਟੀਮ ਦੇ ਸਿੱਟੇ ਜਾ ਜੁੜਿਆ ਹੈ ਇਸੇ ਦੇ ਨਾਲ ਹੀ ਵਿਸਲ ਵੱਜੀ ਹੈ ਤੇ ਇਸ਼ਾਰਾ ਕਰਦੀ ਹੈ ਵੀ ਮੈਚ ਸਮਾਪਤ ਹੋ ਚੁੱਕਿਆ ਹੈ ਇਹ ਵੀ ਬੱਬੂ ਮੈਚ ਦੀ ਸਮਾਪਤੀ ਹੋ ਚੁੱਕੀ ਹੈ ਅਗਲੇ ਮੈਚ ਲਈ ਮੁੱਦਕੀ ਏ ਤੇ ਖੋਸਾ ਰਣਧੀਰ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਮੁੱਦਕੀ ਏ ਤੇ ਖੋਸਾ ਰਣਧੀਰ ਔਰ ਬੇਨਤੀ ਹੈ ਦਿਲਬਾਗ ਬਰਾੜ ਜੀ ਗੱਜਣ ਵਾਲਾ ਸਾਡੇ ਸਾਥੀ ਬੁਲਾਰੇ ਨੂੰ ਬੇਨਤੀ ਉਹ ਵੀ ਸਾਡੇ ਨਾਲ ਸੰਪਰਕ ਕਰਿਆ ਕਿ ਕਿਉਂਕਿ ਸਨਮਾਨ ਚਿੰਨ੍ਹ ਦੇਣੇ ਇੱਕ ਜਣੇ ਨੇ ਆਪਾਂ ਉਧਰ ਡਿਊਟੀ ਦੇਣੀ ਹੈ ਇਹ ਪ੍ਰਬੰਧਕਾਂ ਵੱਲੋਂ ਬੇਨਤੀ ਆਈ ਹੈ ਹਾਂਜੀ ਇਸ ਮੈਚ ਦੇ ਵਿੱਚੋਂ ਸਕੋਰਰ ਸਾਹਿਬ ਟੀਮ ਖੁਖਰਾਣੇ ਦੀ ਜੇਤੂ ਹੈ ਜੀ ਨੋਟ ਕਰ ਲਿਓ ਖੁਖਰਾਣਾ
ਕੁਖਰਾਣੇ ਦੀ ਟੀਮ ਜਿਹੜੀ ਟਾਵਰ ਵਾਲੀ ਸਾਈਡ ਖੇਡਦੀ ਸੀ ਉਹ ਜੇਤੂ ਰਹੀ ਹੈ ਤੇ ਅਗਲਾ ਮੈਚ ਮੁਦਕੀ ਤੇ ਖੋਸਾ ਰਣਧੀਰ ਇਹਨਾਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਖੋਸਾ ਰਣਧੀਰ ਵਰਸਜ਼ ਮੁਦਕੀ ਦੋਨੋਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਕਿ ਨਾਲ ਮਾਸ ਦੇ ਗੁੰਦੀਆਂ ਹਿੱਕਾਂ ਡੌਲਿਆਂ ਦੇ ਵਿੱਚ ਜਾਣਾ ਨਾਲ ਮਾਸ ਦੇ ਗੁੰਦੀਆਂ ਹਿੱਕਾਂ ਡੌਲਿਆਂ ਦੇ ਵਿੱਚ ਜਾਣਾ ਵਿੱਚ ਮੈਦਾਨੇ ਟੱਕਰ ਲੈਣੀ ਭਿੜ ਦੇ ਵਾਂਗਰ ਸਨ ਜਦ ਕੁੰਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਹਿੰਦ ਪਾਕ ਦੀ ਜੰਗ ਵਰਗਾ ਕਈ ਧਰਮਿਆਂ ਮੈਚ ਦਿਖਾ ਦਿੰਦੇ ਹਿੰਦ ਪਾਕ ਦੀ ਜੰਗ ਵਰਗਾ ਕਈ ਧਰਮਿਆਂ ਮੈਚ ਦਿਖਾ ਦਿੰਦੇ ਹਾਲੇ ਪਹਿਲਾ ਰਾਊਂਡ ਹੈ ਤੇ ਅਗਲੇ ਰਾਊਂਡਾਂ ਦੇ ਵਿੱਚ ਕਹਿੰਦੇ ਹਿੰਦ ਤੇ ਪਾਕ ਦੀ ਜੰਗ ਵਰਗੇ ਮੈਚ ਹੋਣੇ ਹੈ ਐਨ ਕੁੰਡੀਆਂ ਦੇ ਸਿੰਘ ਫਸ ਜਾਣੇ ਹੈ ਕਿਉਂਕਿ ਅੱਜ ਮਾਲੇ ਦੇ ਵਿੱਚ ਦੁਨੀਆ ਭਰ ਦੇ ਮਹਾਨ ਅੰਤਰਰਾਸ਼ਟਰੀ ਖਿਡਾਰੀ ਆਪਣੀ ਖੇਡ ਦਿਖਾਉਣ ਦੇ ਲਈ ਪਹੁੰਚੇ ਹੋਏ ਨੇ ਤਾਂ ਮੈਚ ਮੁਦਕੀ ਤੇ ਖੋਸਾ ਰਣਧੀਰ ਇਹਨਾਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਤੇ ਦੋਨੋਂ ਟੀਮਾਂ ਆਪੋ ਆਪਣੀਆਂ ਸਾਈਡਾਂ ਲੈ ਲੈਣ ਖੋਸਾ ਰਣਧੀਰ ਦੀ ਟੀਮ ਖੇਤਾਂ ਵਾਲੀ ਸਾਈਡ ਹੈ ਤੇ ਮੁਦਕੀ ਏ ਦੀ ਟੀਮ ਉਧਰ ਟਾਵਰ ਵਾਲੀ ਸਾਈਡ ਜੀਟੀ ਰੋਡ ਵਾਲੀ ਸਾਈਡ ਤੇ ਅੱਡੇ ਵਾਲੀ ਸਾਈਡ ਹੈ ਲੋ ਮੈਚ ਦੀ ਸ਼ੁਰੂਆਤ ਪਹਿਲੀ ਕਬੱਡੀ ਪਾਉਣ ਦੇ ਲਈ ਲੋ ਦੇਖੋ ਖਾਲਸਾ ਤਿਆਰ ਬਰ ਤਿਆਰ ਹੈ ਵੈਸੇ ਅੱਜ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਨੌਜਵਾਨ ਕੇਸਾ ਧਾਰੀ ਨਹੀਂ ਗਏ ਭਾਵੇਂ ਕਿ ਸਿੱਖਾਂ ਦਾ ਇਤਿਹਾਸ ਸ਼ਾਨਾ ਮੱਤਾ ਇਤਿਹਾਸ ਹੈ ਕਿ ਦੁਨੀਆ ਦੇ ਵਿੱਚ ਸਦਾ ਉਹ ਇਤਿਹਾਸ ਗਵਾਹ ਸਾਡਾ ਸ਼ਹੀਦਾਂ ਦੀਆਂ ਹੱਡੀਆਂ ਤੇ ਸਿੱਖੀ ਦਾ ਬੂਟਾ ਲਾਇਆ ਏ ਲੋਕੀ ਤਾਂ ਪਾਉਂਦੇ ਦੇਖੇ ਪਾਣੀ ਬਿਰਸ਼ਾਂ ਨੂੰ ਅਸੀਂ ਤਾਂ ਪਾਣੀ ਦੀ ਥਾਂ ਆਪਣਾ ਖੂਨ ਹੀ ਪਾਇਆ ਏ ਇਹਨਾਂ ਮੰਨੀ ਗੱਲ ਵਿੱਚ ਹਾਰ ਪਵਾਲੇ ਬੱਚਿਆਂ ਦੇ ਸਿੱਖ ਧਰਮ ਦਾ ਝੰਡਾ ਅੰਬਰਾਂ ਵਿੱਚ ਝੁਲਾਇਆ ਏ ਵਧਾਉਣ ਵਾਲਾ ਤਾਂ ਸਿਜਦਾ ਕਰਦਾ ਉਹਨਾਂ ਨੂੰ ਧਰਮ ਦੀ ਖਾਤਰ ਜਿਨ੍ਹਾਂ ਆਪਣਾ ਸੀਸ ਕਟਾਇਆ ਏ ਧਰਮ ਦੀ ਖਾਤਰ ਜਿਨ੍ਹਾਂ ਆਪਣਾ ਸੀਸ ਕਟਾਇਆ ਏ ਇਧਰ ਦੇਖੋ ਦੋਨੋਂ ਕੇਸਾ ਧਾਰੀ ਖਿਡਾਰੀ ਹੈ ਲੋ ਖਾਲਸੇ ਦੀ ਖਾਲਸੇ ਨਾਲ ਟੱਕਰ ਹੈ ਕਿ ਜਦ ਲੋਹੇ ਨੂੰ ਲੋਹਾ ਕੱਟਦਾ ਫਿਰ ਭਾਂਬੜ ਮੱਚੇ ਅਗਿਆਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਲੋ ਪੁਆਇੰਟ ਕਹਿੰਦੇ ਇਧਰ ਖੋਸਾ ਰਣਧੀਰ ਦੀ ਟੀਮ ਦੇ ਹਿੱਸੇ ਜੁੜਿਆ ਇਸ ਮੁੰਡੇ ਦਾ ਪਿੰਡ ਕਹਿੰਦੇ ਭਿੰਡਰ ਕਲਾਂ ਲੋਕ ਪਿਸਤੌਲ ਦੇ ਨਾਮ ਨਾਲ ਜਾਣਦੇ ਹੈ ਪਿਸਤੌਲ ਭਿੰਡਰਾਂ ਵਾਲਾ ਕਬੱਡੀ ਪਾ ਰਿਹਾ ਇੱਕ ਭਿੰਡਰਾਂ ਦੇ ਸੰਤ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੂਰੀ ਦੁਨੀਆ ਦੇ ਲੋਕ ਬੜੀ ਸ਼ਰਧਾ ਰੱਖਦੇ ਉਹਨਾਂ ਦੇ ਪ੍ਰਤੀ ਕਿ ਜੰਮਿਆ ਰੋਡੇ ਪਿੰਡ ਦਾ ਸੂਰਾ ਕਹਿਣੀ ਕਰਨੀ ਦਾ ਜੋ ਪੂਰਾ ਉਸ ਬੱਬਰ ਸ਼ੇਰ ਦਾ ਪਿੰਡ ਰੋਡੇ ਅਤੇ ਨਾਮ ਭਿੰਡਰਾਂ ਵਾਲਿਆਂ ਦੇ ਨਾਲ ਮਸ਼ਹੂਰ ਹੋਇਆ ਪਰ ਇਧਰ ਇਸ ਕਬੱਡੀ ਦੇ ਖਿਡਾਰੀ ਦਾ ਪਿੰਡ ਭਿੰਡਰ ਹੈ ਇੱਕ ਪੁਆਇੰਟ ਖੋਸਾ ਰਣਧੀਰ ਦੀ ਟੀਮ ਦੇ ਲਈ ਜੋੜ ਦਿੱਤਾ ਸੋ ਇਧਰ ਆਪਾਂ ਗਰਾਊਂਡ ਦੀ ਕਾਰਵਾਈ ਵੀ ਕਰਨੀ ਹੈ ਤੇ ਨਾਲ ਦੇ ਨਾਲ ਆਪਾਂ ਜਿੰਨੀਆਂ ਵੀ ਸਾਡੇ ਕੋਲ ਮਾਣਯੋਗ ਸ਼ਖਸੀਅਤਾਂ ਪੁੱਜੀਆਂ ਜਿਨ੍ਹਾਂ ਨੇ ਆਪਾਂ ਨੂੰ ਬਹੁਤ ਸਾਰੀ ਮਾਇਆ ਦੇ ਕੇ ਇਸ ਟੂਰਨਾਮੈਂਟ 'ਚ ਸਹਿਯੋਗ ਦਿੱਤਾ ਹੈ ਸਾਡੇ ਦਰਮਿਆਨ ਜਥੇਦਾਰ ਸਰਦਾਰਜੀਤ ਸਿੰਘ ਜੀ ਮੱਲਾ ਉਹਨਾਂ ਦੇ ਪ੍ਰਸ਼ੰਦ ਆਪਣੇ ਕੋਲ ਬਾਈ ਜਸਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਆ ਅਸੀਂ ਸਭ ਤੋਂ ਪਹਿਲਾਂ ਜੀਆਂ ਆਖਾਂਗੇ ਜਿੰਨੀ ਵੀ ਉਹਨਾਂ ਦੀ ਮਿੱਤਰ ਮੰਡਲੀ ਨਾਲ ਪੁੱਜੀ ਸਾਰਿਆਂ ਨੂੰ ਵੈਲਕਮ ਆ ਜੀ ਟੂਰਨਾਮੈਂਟ ਕਮੇਟੀ ਵੱਲੋਂ ਉਹਨਾਂ ਨੂੰ ਬੇਨਤੀ ਹੋਈ ਆਪਣਾ ਠੀਕ ਆ ਜੀ ਬਾਈ ਜਸਪ੍ਰੀਤ ਸਿੰਘ ਜੀ ਤੁਹਾਨੂੰ ਬੇਨਤੀ ਤੁਸੀਂ ਸਟੇਜ ਤੇ ਆਓ ਜੀ ਤੁਹਾਡੇ ਵੱਲੋਂ ਜਿਹੜੇ ਮਾਣ ਸਨਮਾਨ ਦਵਾਏ ਜਾਣੇ ਜਿਨ੍ਹਾਂ ਨੇ ਆਪਾਂ ਨੂੰ ਮਾਣ ਦੇ ਗੱਫੇ ਦਿੱਤੇ ਆ ਬਾਈ ਜਸਪ੍ਰੀਤ ਸਿੰਘ ਜੀ ਔਰ ਨਾਲ ਗੁਰਮੇਲ ਸਿੰਘ ਜੀ ਸਰਪੰਚ ਵੀ ਆਉਣਗੇ ਔਰ ਉਹ ਵੀ ਇਹ ਸਾਡੇ ਕੋਲ ਆ ਕੇ ਮਾਣ ਸਨਮਾਨ ਦੀ ਰਸਮ ਦੇ ਵਿੱਚ ਹਾਜ਼ਰੀ ਗਾਉਣਗੇ ਸੋ ਪਹਿਲਾ ਜੋ ਪਹਿਲਾ ਪ੍ਰਾਈਜ਼ ਜੋ ਪਹਿਲਾ ਪ੍ਰਾਈਜ਼ ਕਬੱਡੀ ਓਪਨ ਦਾ 41,000 ਰੁਪਇਆ ਸਾਡੇ ਵੀਰ ਰਵਿੰਦਰ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਇਸ ਪੁਰਾਣੀ ਟੂਰਨਾਮੈਂਟ ਕਮੇਟੀ ਨੇ ਸਾਨੂੰ ਹੁਣੇ ਹੁਣੇ ਲਿਖਾਇਆ ਹੈ ਬਾਈ ਸਰਬਜੀਤ ਸਿੰਘ ਜੀ ਸੈਣੀ ਹੁਣਾਂ ਨੇ ਔਰ ਬਲਰਾਜ ਸਿੰਘ ਹੁਣਾਂ ਨੇ ਮਨਪ੍ਰੀਤ ਸਿੰਘ ਚਰਤ ਸਿੰਘ ਹਰਵਿੰਦਰ ਵਰਿੰਦਰ ਸਿੰਘ ਸਾਡੇ ਪੁਰਾਣੇ ਪ੍ਰਧਾਨ ਜੀ ਸੋ ਇਹਨਾਂ ਵੱਲੋਂ ਜੋ 41,000 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਪਹਿਲਾ ਪ੍ਰਾਈਜ਼ ਦਿੱਤਾ ਗਿਆ ਹੈ ਸੋ ਸਰਬਜੀਤ ਸਿੰਘ ਜੀ ਤੁਸੀਂ ਵੀ ਜਿਹੜਾ ਮਾਣ ਸਨਮਾਨ ਦੇਣ ਦੀ ਰਸਮ ਦੇ ਵਿੱਚ ਆਉਣਾ ਜੀ ਬਾਈ ਸਰਬਜੀਤ ਸਿੰਘ ਜੀ ਪ੍ਰਧਾਨ ਸਾਹਿਬ ਸਾਡੇ ਸਟੈਟੀ ਦੇ ਸਾਬਕਾ ਪ੍ਰਧਾਨ ਵੀ ਨੇ ਔਰ ਮੈਂ ਸਮਝਦਾ ਵੀ ਬਾਈ ਕੀਰਤ ਸਿੰਘ ਜੀ ਮਾਲਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਬਹੁਤ ਹੀ ਨਿੱਜੀ ਨੇ ਬਾਈ ਸਰਬਜੀਤ ਸਿੰਘ ਜੀ ਪ੍ਰਧਾਨ ਤੁਸੀਂ ਵੀ ਆਓ ਜੀ ਨਾਲ ਸਰਪੰਚ ਗੁਰਮੇਲ ਸਿੰਘ ਜੀ ਆਉਣ ਔਰ ਤੁਸੀਂ ਵੀ ਆਓ ਸਰ ਜੀ ਹੈਲੋ ਮੁਦਕੀ ਏ ਤੇ ਖੋਸਾ ਰਣਧੀਰ ਦਾ ਮੈਚ ਖੇਡਿਆ ਜਾ ਰਿਹਾ ਅਗਲਾ ਮੈਚ ਕੋਟ ਸੁਖੀਆ ਦੀ ਟੀਮ ਪਹੁੰਚ ਜਾਵੇ ਕੋਟ ਸੁਖੀਆ ਦੀ ਟੀਮ ਮੇਰੇ ਹਿਸਾਬ ਨਾਲ ਵੇਟਿੰਗ ਰੂਮ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਮਾਲਾ ਖੁਰ ਦੀ ਟੀਮ ਨੂੰ ਬੇਨਤੀ ਹੈ ਉਸ ਤੋਂ ਅੱਗੇ ਕਰਮਿੱਤੀ ਤੇ ਡਰੋਲੀ ਪਾਈ ਇਹ ਵੀ ਟੀਮਾਂ ਜਲਦੀ ਆ ਜਾਣ ਕਰਮਿੱਤੀ ਤੇ ਡਰੋਲੀ ਪਾਈ ਵਕੀਲਾਂ ਵਾਲਾ ਤੇ ਰਾਜੋ ਕੇ ਇਹਨਾਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਇਧਰ ਵਰਿੰਦਰ ਨਾਮ ਹੈ ਲੋ ਭਿੰਡਰਾਂ ਵਾਲਾ ਵਰਿੰਦਰ ਬੜਾ ਤੇਜ਼ ਹੈ ਬੜਾ ਪੱਬਾਂ ਦਾ ਛੋਲਾ ਖਿਡਾਰੀ ਹੈ ਇੱਕ ਜਾਨਦਾਰ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਉਧਰ ਫਿਰ ਮੁਦਕੀ ਵਾਲਾ ਕਹਿੰਦੇ ਮੁਦਕੀ ਦੀ ਧਰਤੀ ਵੀ ਇਤਿਹਾਸਕ ਧਰਤੀ ਹੈ ਇੱਥੇ ਵੀ ਕਹਿੰਦੇ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਹੋਈ ਹੈ ਜੰਗਨਾਮਾ ਸਿੰਘਾਂ ਦਾ ਕਹਿੰਦੇ ਸ਼ਾਹ ਮੁਹੰਮਦ ਦੀ ਇੱਕ ਬੜੀ ਉੱਤਮ ਰਚਨਾ ਪੰਜਾਬੀ ਸਾਹਿਤ ਦੇ ਵਿੱਚ ਮੁਦਕੀ ਦਾ ਨਾਮ ਇਤਿਹਾਸ ਦੇ ਕਹਿੰਦੇ ਪੰਨਿਆਂ ਦੇ ਉੱਪਰ ਸੁਨਹਿਰੀ ਅੱਖਰ ਲਿਖਿਆ ਹੋਇਆ ਹੈ ਹਾਂਜੀ ਹਾਂਜੀ ਸਟੰਟ ਵੀ ਕਰਾਉਣੇ ਆਪਾਂ
बेनती साडा वीर हैप्पी भी तैयारी वट ले क्योंकि तेरे भी बहुत शदाई इत्थे तेरे भी बड़े फैन है और बेनती है हैप्पी जी नूं कि तुहाडा भी सवाह आऊगा आपां गल कराउणे कहिंदे बेनती भी तू भी तैयारी खिंच लै सो बेनती सब तो पहला मैं करांगा सरदार गुरमेल सिंह जी बराड़ साहब जिन्होंने 5100 रुपया टूरनामेंट कमेटी नूं पहुंचदा कीता है वो अपना मान सम्मान लैणगे गुरमेल सिंह जी बराड़ साहब मेरी बेनती अपना मान सम्मान लैण जी आके हाँ जी बेनती है एक मिनट जी जसवीर सिंह जी बराड़ साहब साडे प्रबंधक जी ने इन्हां नूं बेनती अपना मान सम्मान लैक टू ग्राउंड खोसा रणधीर की टीम जेतू है जी इस मैच तो खोसा रणधीर अगला मैच कोट सुखिया ते माला खुरद शंकरापुरी कबड्डी क्लब है ये टीम ग्राउंड के आ जाए करमिती ते डोली भाई नूं बेनती है भी वह भी टीम जल्दी ग्राउंड के आ जाए वकीलों वाला ते राजो के इत्थे एक गवांड दे विच घर है उस घर दे विच 9600 गड्डी का नंबर है एक वीर कह के गया है उहदे मगर संधु लिखे है वह रस्ते दे विच खड़ी है कृपा करके जसवीर जी साइड से कर लवे 9600 नंबर है गड्डी का एक मिनट जी भाई सरबजीत तो उधर भी थोड़ा चलता काम अपना एक मिनट सुराज जी जसवीर सिंह जी बराड़ साहब बेनती तुसी अपना मान सम्मान लै लो जी जसवीर सिंह बराड़ 5100 रुपया गुरमीत सिंह जी साडा वीर कनेडा तो 5100 पहुंचदा कीता है सरन जी तुसी लै लो अपना ठीक है जी और बेनती है गुरचंद सिंह जी टवाणा साडे मंडी बोर्ड के रिटायरमेंट अफसर ने मेरी बेनती है गुरचंद टवाणा जी गुरचंद टवाणा वह भी अपना मान सम्मान लैन जी करतार सिंह जी कनेडा यह भी अपना मान सम्मान लैन सरदार करतार सिंह कनेडा वाले सो बेनती है 5100 रुपया का नाम बोल रहे बेनती उठ के तुम आपको अपना मान सम्मान ले लो जी गुरजंट सिंह जी हुणी अपने कोल पहुंच चुके हैं जी हां जी बहुत धन्यवाद दो जी मान सम्मान करमेती ते डरोली भाई टीम ग्राउंड दे विच आ जाण मेरे हिसाब नाल माले खुर दी टीम ने ग्राउंड दे विच नहीं आना करमेती ते डरोली भाई जे माले खुरद आए ने खेडना तो जल्दी आ जाओ सहकारी बैंक के स्टाफ नूं मेरी बेनती कोई भी उन्होंने जिहड़ा मुलाजम आया ताकि वह अपना मान सम्मान लैन जी सहकारी बैंक के स्टाफ नूं मेरी बेनती है वो अपना मान सम्मान लैन जी आके साडा भी गुरप्रीत सिंह पीता उन्हें भी बेनती अपना मान सम्मान लवे सॉरी हरप्रीत सिंह पीता लो जी हरप्रीत सिंह पीता उन्हों का मान सम्मान हासिल कर रहे हैं और नाल ही मेरी बेनती है दरबारा सिंह जी फौजी साहब नूं बेनती अपना मान सम्मान लैन जी दरबारा सिंह जी फौजी साहब राजविंदर सिंह कनेडा क्रिकेट खिलाड़ी 5100 रुपया हैगा उन्होंने परिवार का कोई मैंबर ताकि मान सम्मान लै जी हैलो हाँ जी इस मैच के कोट सुखिया की टीम नूं वाक ओवर दिता गया जी कोट सुखिया जेतू है जी नोट कर लियो कोट सुखिया अगला मैच करमिती ते डरोली भाई टीम ग्राउंड के आ जाए वकीलों वाला ते राजो के हाँ जी और बेनती है अवतार सिंह जी गिल साहब वह भी अपना मान सम्मान लैन जी अवतार सिंह जी गिल साडा वीर जसविंदर सिंह राजा उन्होंने भाई साहब स्टेज पर पहुंच जाने जी उन्होंने भी बेनती है भी अपने मान सम्मान की रस्म पहुंचण जी हरपिंदरजीत सिंह जी मिंटा साडा वीर उन्होंने बेनती अपना मान सम्मान लवे हरपिंदरजीत मिंटा इन्होंने भी 5100 पहुंचता किया मान सम्मान लैन जी दिलबाग सिंह जी पंचायत मैंबर है तुम भी अपना मान सम्मान ले लो जी दिलबाग सिंह जी पंचायत मैंबर तुम खड़ना जी सम्मान दे खड़ना तुम सम्मान जोग सखिया तो तुम सम्मान करना जी मास्टर दर्शन सिंह जी उन्होंने मेरी बेनती अपना मान सम्मान लैन जी मास्टर दर्शन सिंह जी हरपाल सिंह जी कनेडा वाले लंघियाने वाले उन्होंने मेरी बेनती है हरपाल सिंह जी कनेडा वह भी अपना मान सम्मान लैन साडे वीर तरसेम सिंह हुणी और नाल ही मेरी बेनती है गुरदीप सिंह जी बराड़ साहब वह भी अपना मान सम्मान लैन जी गुरदीप सिंह जी बराड़ और सरदार पाल सिंह जी सैणी ये भी अपना मान सम्मान लैन जी बलदेव सिंह जी बराड़ साहब 6000 रुपया ये भी अपना मान सम्मान लैन जी बलदेव सिंह जी बराड़ और थाना सिंह जी कोठी वाले ये भी अपना मान सम्मान ले लेना इन्होंने बेनती है हाँ जी मैं गो टू ग्राउंड जी हाँ जी मैच दर्शक वीरों शुरू होने जा रहा है डरोली भाई ते करमिती डरोली भाई की टीम टावर वाली साइड है ते खेता वाली साइड करमिती की टीम है इधर पहली कबड्डी डरोली भाई की तरफों गुरजीत ने पा दी है सलीणा पिंड है तो सलीणे वाला गुरजीत डरोली भाई के लिए कबड्डी पा रहा है कहिंदे डरोली भाई के लवप्रीत सिंह नीने ने कबड्डी की दुनिया के कहिंदे पूरा नाम ना खट्टिया है तो WWE के भी कहिंदे उस नौजवान की सिलेक्शन हुई है तो गुरजीत सलीणे वाला डरोली के लिए जानदार नंबर जोड़ता होया अगली कबड्डी सरदार बलदेव सिंह जी उन्होंने भी बेनती अपना मान सम्मान लैन जी सरदार बलदेव सिंह जी 6000 रुपये इन्होंने पहुंचता किया है सरदार थाना सिंह जी बराड़ कोठी वाले ये भी अपना मान सम्मान लैन जी सरदार टेक सिंह जी कोठी वाले इन्होंने बेनती भी अपना मान सम्मान लैन जी सरदार टेक सिंह जी
ਬਰਾੜ ਕੋਠੀ ਵਾਲੇ 800 ਰੁਪਇਆ ਸਵਰਗਵਾਸੀ ਸਰਦਾਰ ਤੋਤਾ ਸਿੰਘ ਜੀ ਸੈਣੀ ਸੋ ਮੇਰੀ ਬੇਨਤੀ ਸਰਬਜੀਤ ਸਿੰਘ ਜੀ ਇਹ ਆਪਣਾ ਮਾਨ ਸਮਾਨ ਲੈਣਗੇ ਸਰਬਜੀਤ ਸਿੰਘ ਸੈਕਟਰੀ ਸਾਹਿਬ ਸਰਬੀ ਸੈਕਟਰੀਆਂ ਨੂੰ ਬੇਨਤੀ ਆਪਣਾ ਮਾਨ ਸਮਾਨ ਲਵੇ ਜੀ ਅਗਲਾ ਮੈਚ ਵਕੀਲਾਂ ਵਾਲਾ ਤੇ ਰਾਜੋ ਕੇ ਉਸ ਤੋਂ ਅਗਲੇ ਮੈਚ ਕਿਰਪਾ ਕਰਕੇ ਸਟੇਜ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਅਨਾਊਂਸ ਕਰ ਦਿਓ ਵਕੀਲਾਂ ਵਾਲਾ ਤੇ ਰਾਜੋ ਕੇ ਇੱਥੇ ਲਾਸਟ ਮੈਚ ਆ ਅਗਲੇ ਮੈਚ ਕਿਰਪਾ ਕਰਕੇ ਅਨਾਊਂਸ ਕਰ ਦਿਓ 8100 ਵਾਲਿਆਂ ਨੇ ਬੇਨਤੀ ਹੈ ਮਾਸਟਰ ਗੁਰਦਿੱਤ ਸਿੰਘ ਜੀ ਯੂਐਸਏ ਵਾਲੇ ਇਹਨਾਂ ਨੂੰ ਬੇਨਤੀ ਇਹਨਾਂ ਨੇ 8100 ਰੁਪਇਆ ਪਹੁੰਚਦਾ ਕੀਤਾ ਸਾਡੀ ਕਮੇਟੀ ਕੋਲੇ ਬਹੁਤ ਧੰਨਵਾਦ ਜੀ ਵੀ ਆਪਣਾ ਮਾਨ ਸਨਮਾਨ ਲੈਣ ਮਾਸਟਰ ਗੁਰਦਿੱਤ ਸਿੰਘ ਜੀ ਆ ਬੇਨਤੀ ਵੀ ਜਾਲ ਨੂੰ ਧੱਕਾ ਨਾ ਲਾਓ ਮੇਰੇ ਯਾਰ ਤੁਸੀਂ ਜਾਲ ਤੇ ਮਾੜਾ ਢਿੱਲ ਪਾਓ ਹਾਂ ਆਪਦੇ ਆਸਰੇ ਨਾ ਖੜੋ ਮੜਾ ਬੇਨਤੀ ਹੈ ਔਰ ਸਾਡਾ ਵੀ ਸੋਨਾ ਸ਼ਰਮਾ ਨੂੰ ਮੇਰੀ ਬੇਨਤੀ ਹੈ ਆਪਣਾ ਮਾਨ ਸਨਮਾਨ ਲਵੇ ਜੀ ਸੋਨਾ ਮਾਸਟਰ ਗੁਰਦਿੱਤ ਸਿੰਘ ਜੀ ਉਹਨਾਂ ਦਾ ਮਾਨ ਸਨਮਾਨ ਉਹਨਾਂ ਨੇ ਲੈਣਾ ਹੈ ਸੋਨਾ ਸਾਡਾ ਵੀ ਰਾ ਕੇ ਮਾਨ ਸਨਮਾਨ ਲੈ ਲੈ ਜੀ ਸਵਰਗਵਾਸੀ ਬਾਬਾ ਦੇਵਾ ਸਿੰਘ ਜੀ ਕਾਮਰੇਡ ਇਹਨਾਂ ਦੇ ਪਰਿਵਾਰ ਨੇ ਵੀ ਬੂਟਾ ਉਮਰੀਆਣਾ ਵੀ ਉਹਨੂੰ ਲਿਸਟ ਦਿੱਤੀ ਸੀ ਮੈਚਾਂ ਦੀ ਉਹ ਜਿੱਥੇ ਵੀ ਹੋਵੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਅਗਲੀ ਮੈਚਾਂ ਦੀ ਲਿਸਟ ਪਹੁੰਚਾ ਦੇਵੇ ਬੂਟਾ ਉਮਰੀਆਣਾ ਸਾਡਾ ਵੀਰ ਇਧਰ ਮੈਦਾਨ ਦੇ ਵਿੱਚ ਲੱਕੀ ਦੀ ਕਬੱਡੀ ਪੈ ਰਹੀ ਹੈ ਪਰ ਉਧਰ ਦੇਖੋ ਡਰੋਲੀ ਵਾਲੇ ਨੇ ਜੱਫਾ ਲਾ ਦਿੱਤਾ ਰੈਂਪਾ ਨਾਮ ਹੈ ਡਰੋਲੀ ਭਾਈ ਪਿੰਡ ਹੈ ਇਧਰ ਅਗਲੇ ਮੈਚ ਲਈ ਵਕੀਲਾਂ ਵਾਲਾ ਤੇ ਰਾਜੋ ਕੇ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣ ਦੀ ਕਿਰਪਾਲਤਾ ਕਰਨ ਜਗਪਾਲ ਸਿੰਘ ਜੀ ਠੀਕ ਆ ਜੀ ਸਾਡੇ ਬਾਈ ਜੀ ਜਗਪਾਲ ਸਿੰਘ ਜੋ ਮਾਨ ਸਨਮਾਨ ਲੈ ਰਹੇ ਹੈ ਸਵਰਗਵਾਸੀ ਬਾਬਾ ਦੇਵਾ ਸਿੰਘ ਜੀ ਕਾਮਰੇਟ ਔਰ ਇਹਨਾਂ ਦੇ ਪਰਿਵਾਰ ਵਿੱਚੋਂ ਵੀ ਵੱਡੀ ਰਾਸ਼ੀ ਆਈ ਹੈ ਬਹੁਤ ਮਿਹਰਬਾਨੀ ਜੀ ਧੰਨਵਾਦ ਔਰ ਸਾਗਰ ਇਹਨੂੰ ਮੇਰੀ ਬੇਨਤੀ ਹੈ ਸਾਗਰ ਮਸਾਨ ਸਾਡਾ ਵੀਰ 10000 ਦੀ ਰਾਸ਼ੀ ਆਈ ਹੈ ਇਹਨਾਂ ਨੂੰ ਮੇਰੀ ਬੇਨਤੀ ਆ ਕੇ ਮਾਨ ਸਨਮਾਨ ਲੈਣ ਦੀ ਸਾਗਰ ਸਾਡਾ ਵੀਰ ਜਿੱਥੇ ਵਾਸ ਸੁਣਦਾ ਹੈ ਆ ਕੇ ਸਨਮਾਨ ਚਿੰਨ ਲਵੇ ਜੀ ਸਵਰਗਵਾਸੀ ਬਾਬਾ ਉਜਾਗਰ ਸਿੰਘ ਜੀ ਦਾਨੀ ਇਹਨਾਂ ਦੇ ਪਰਿਵਾਰ ਨੂੰ ਬੇਨਤੀ ਆ ਕੋਈ ਵੀ ਪਰਿਵਾਰ ਦਾ ਮੈਂਬਰ ਹੋਵੇ ਤਾਂ ਆ ਕੇ ਮਾਨ ਸਨਮਾਨ ਲਓ ਜੀ ਕੋਈ ਵੀ ਪਰਿਵਾਰ ਦਾ ਮੈਂਬਰ ਹੋਵੇ ਹਾਂਜੀ ਇਸ ਮੈਚ ਦੇ ਵਿੱਚੋਂ ਡਰੋਲੀ ਭਾਈ ਦੀ ਟੀਮ ਜੇਤੂ ਹੈ ਜੀ ਡਰੋਲੀ ਭਾਈ ਸਾਡੇ ਸਰਬਜੀਤ ਸਿੰਘ ਜੀ ਪ੍ਰਧਾਨ ਸਾਹਿਬ ਤੁਸੀਂ ਲਓ ਜੀ ਸਰਬਜੀਤ ਸਿੰਘ ਜੀ ਸੈਣੀ ਸਾਹਿਬ ਤੁਸੀਂ ਵੀ ਮਾਨ ਸਨਮਾਨ ਲਓ ਜੀ ਸੁਖਚੈਨ ਸਿੰਘ ਜੀ ਤੁਸੀਂ ਵੀ ਆ ਜਾਓ ਜੀ ਸੁਖਚੈਨ ਸਿੰਘ ਜੀ ਜੋ ਬਾਬਾ ਉਜਾਗਰ ਸਿੰਘ ਜੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਆ ਸੋ ਇਹਨਾਂ ਨੇ ਮਾਨ ਸਨਮਾਨ ਜੋ ਹਾਸਲ ਕਰਨਾ ਹੈ ਵੱਡਾ ਯੋਗਦਾਨ ਹੈ ਬਾਈ ਸੁਖਚੈਨ ਸਿੰਘ ਜੀ ਜੋ ਮਾਨ ਸਨਮਾਨ ਹਾਸਲ ਕਰ ਰਹੇ ਹੈ ਸਰਪੰਚ ਗੁਰਮੇਲ ਸਿੰਘ ਜੀ ਇਹਨਾਂ ਨੂੰ ਬੇਨਤੀ ਹੈ ਵੀ ਆਪਣਾ ਮਾਨ ਸਨਮਾਨ ਆਪਣੇ ਕੋਲੇ ਖੜੇ ਹੋਏ ਨੇ ਸਰਪੰਚ ਗੁਰਮੇਲ ਸਿੰਘ ਜੀ ਬਹੁਤ ਧੰਨਵਾਦ ਜੀ ਸਵਰਗਵਾਸੀ ਬਾਬਾ ਨਰਾਇਣ ਸਿੰਘ ਜੀ ਸੰਧੂ ਇਹਨਾਂ ਦੇ ਪਰਿਵਾਰ ਨੂੰ ਮੇਰੀ ਬੇਨਤੀ ਕੋਈ ਪਰਿਵਾਰ ਦਾ ਮੈਂਬਰ ਹੋਵੇ ਤਾਂ ਆ ਕੇ ਮਾਨ ਸਨਮਾਨ ਲਓ ਜੀ ਸਵਰਗਵਾਸੀ ਸਰਦਾਰ ਨਰਾਇਣ ਸਿੰਘ ਜੀ ਸੰਧੂ ਸਾਹਿਬ ਇਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਇਹ ਵੀ ਆਪਣਾ ਮਾਨ ਸਨਮਾਨ ਵਕੀਲਾਂ ਵਾਲਾ ਤੇ ਰਾਜੋ ਕੇ ਦੋਨੋਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਵਕੀਲਾਂ ਵਾਲੇ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਰਹੀ ਹੈ ਰਾਜੋ ਕੇ ਦੀ ਟੀਮ ਨੂੰ ਬੇਨਤੀ ਹੈ ਉਹ ਵੀ ਗਰਾਊਂਡ ਦੇ ਵਿੱਚ ਆਉਣ ਦੀ ਕਿਰਪਾਲਤਾ ਕਰੇ ਰਾਜੋ ਕੇ ਜਥੇਦਾਰ ਸਰਦਾਰ ਕੀਤ ਸਿੰਘ ਜੀ ਮਹਲਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੱਡੀ ਰਾਸ਼ੀ ਪਹੁੰਚੀ ਹੈ ਸਵਰਗਵਾਸੀ ਬਾਬਾ ਨਰਾਇਣ ਸਿੰਘ ਜੀ ਸੰਧੂ ਸੰਧੂ ਪਰਿਵਾਰ ਦਾ ਵੀ ਵੱਡਾ ਯੋਗਦਾਨ ਹੈ ਸੋ ਮੇਰੀ ਬੇਨਤੀ ਉਹ ਵੀ ਆਪਣਾ ਮਾਨ ਸਨਮਾਨ ਲੈਣਗੇ ਜੀ ਹਾਂਜੀ ਸਵਰਗਵਾਸੀ ਸਰਦਾਰ ਨਰਾਇਣ ਸਿੰਘ ਜੀ ਸੰਧੂ ਜਹੇਦਾਰ ਸਰਦਾਰ ਕੀਤ ਸਿੰਘ ਜੀ ਮਹਲਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਬਾਈ ਜਸਪ੍ਰੀਤ ਸਿੰਘ ਜੀ ਸਾਡੇ ਦਰਮਿਆਨ ਪੁੱਜੇ ਨੇ ਸੋ ਇਸ ਪਰਿਵਾਰ ਦਾ ਵੀ ਸੰਧੂ ਪਰਿਵਾਰ ਦਾ ਸਾਡੇ ਨਾਲ ਬਹੁਤ ਵੱਡਾ ਯੋਗਦਾਨ ਹੈ ਜਿੱਥੇ ਸਿਆਸਤ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਂ ਉੱਥੇ ਨਗਰ ਦੇ ਸਮਾਜ ਸੇਵੀ ਕੰਮਾਂ ਦੇ ਵਿੱਚ ਵੱਡਾ ਯੋਗਦਾਨ ਮੈਂ ਹਾਂਜੀ ਅਗਲਾ ਮੈਚ ਹੀਰਾ ਦਾਸ ਕਲੱਬ ਮਾਲਾ ਬਾਬਾ ਹੀਰਾ ਦਾਸ ਕਲੱਬ ਮਾਲਾ ਤੇ ਬੂਈਆਂ ਵਾਲਾ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਇਧਰ ਵਕੀਲਾਂ ਵਾਲੇ ਦੀ ਟੀਮ ਗਰਾਊਂਡ ਦੇ ਵਿੱਚ ਆ ਤੇ ਰਾਜੋਕਿਆਂ ਦੀ ਟੀਮ ਗਰਾਊਂਡ ਦੇ ਵਿੱਚ ਨਹੀਂ ਪਹੁੰਚੀ ਹੈਲੋ ਇੱਕ ਮਿੰਟ ਸੁਖਰਾਜ ਬਸ ਕੰਮ ਨੇੜੇ ਹੀ ਆ ਸਵਰਗਵਾਸੀ ਬਾਪੂ ਜੰਗੀਰ ਸਿੰਘ ਜੀ ਸੈਣੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ 17000 ਰੁਪਇਆ ਪਹੁੰਚਿਆ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਈ ਰਾਜੂ ਤੁਹਾਡਾ ਤਾਂ ਵੱਡਾ ਯੋਗਦਾਨ ਹੈ ਸਾਰੇ ਸੈਣੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਲਓ ਜਿੱਥੇ ਸਰ ਵੀ ਤੁਣੀ ਤੁਸੀਂ ਸਾਰੇ ਵੀ ਵੱਡੀ ਜ਼ਿੰਮੇਵਾਰੀ ਸਾਂਭੀ ਆ ਸਾਡੇ ਲਈ ਪੀਤੇ ਹੋਣੀ ਇਹ ਸਾਰਾ ਸ਼ੈਣੀ ਪਰਿਵਾਰ ਵੱਡਾ ਯੋਗਦਾਨ ਬਹੁਤ ਮਿਹਰਬਾਨੀ ਸ਼ੁਕਰੀਆ ਲਓ ਪੀਤੇ ਤੂੰ ਵੀ ਮਾਨ ਸਨਮਾਨ ਲਓ ਜੀ
ਲਓ ਜੀ ਮਨਜੀਤ ਸਿੰਘ ਜੀ ਇਸ ਮੈਚ ਦਾ ਜਿਹੜਾ ਟਾਈਮ ਆ ਜੀ 10:30 ਤੇ 11 ਪੁਆਇੰਟ ਆ ਜੀ 10:30 ਤੇ 11 ਸਾਡੇ ਸਕੋਰ ਵੀ ਨੋਟ ਕਰ ਲੈਣਾ ਦੋਨੋਂ ਟੀਮਾਂ ਵਧੀਆ ਤੇ ਆਲੇ ਦਰਜੇ ਦਾ ਮੈਚ ਖੇਡਿਆ ਜਾਣਾ ਵਕੀਲਾਂ ਵਾਲਾ ਵਰਸਜ ਰਾਜੋਕੇ ਅਗਲਾ ਮੈਚ ਬਾਬਾ ਹੀਰਾ ਦਾਸ ਕਲੱਬ ਮਾਲਾ ਵਰਸਜ ਬੂਈਆਂ ਵਾਲਾ ਪਿੰਡਰ ਸੀ ਤੇ ਘੋਲੀਆ ਕਲਾਂ ਪੜਾਣਾ ਤੇ ਸੂਰਕੂਰੀ ਜੈਤੋ ਤੇ ਭਾਂਗਰ ਸ਼ਹੀਦ ਸੂਬੇਦਾਰ ਜੁਗਿੰਦਰ ਸਿੰਘ ਕਲੱਬ ਮਾਲਾ ਕਲਾਂ ਤੇ ਵੱਡਾ ਘਰ ਨਾਲ ਹੀ ਨਿਧਾ ਵਾਲਾ ਤੇ ਭਾਣਾ ਜਨੇਤਪੁਰਾ ਤੇ ਸਮਾਲਸਰ ਇਹ ਸਾਰੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣ ਦੀ ਕਿਰਪਾਲਤਾ ਕਰਨ ਹਾਂਜੀ ਸੋ ਮੈਂ ਬੇਨਤੀ ਕਰਾਂਗਾ ਸਾਡੇ ਐਨਆਰਆਈ ਵੀਰ ਜਿਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਉਹਨਾਂ ਦੇ ਪਰਿਵਾਰਾਂ ਨੂੰ ਬੇਨਤੀ ਹੋਊਗੀ ਆਪਣਾ ਮਾਣ ਸਨਮਾਨ ਲੈ ਲੈਣ ਜੀ ਸਤਿੰਦਰਪਾਲ ਸਿੰਘ ਬਰਾੜ ਯੂਐਸਏ ਵਿੱਚ ਬੈਠਾ ਸਾਡਾ ਯਾਰ ਜਿਹਨੇ 15,000 ਦੀ ਰਾਸ਼ੀ ਪਹੁੰਚਦੀ ਕੀਤੀ ਹੈ ਉਹ ਵੀ ਆਪਣਾ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਤਾਂ ਮਾਣ ਸਨਮਾਨ ਲੈ ਲਓ ਜੀ ਸਤਿੰਦਰਪਾਲ ਛੋਟਾ ਜਿਹਾ ਬੱਚਾ ਹੁਣ ਛਾਲਾ ਲਾਉਣੀ ਹੈ ਛੋਟਾ ਜਿਹਾ ਬੱਚਾ ਛਾਲਾ ਲਾਉਣ ਜਾ ਰਿਹਾ ਹੈ ਉਧਰ ਪ੍ਰਬੰਧਕ ਕਹਿੰਦੇ ਵੀ ਹੈਪੀ ਵੀ ਆ ਰਿਹਾ ਉਹਨੇ ਵੀ ਸਟੰਟ ਕਰਨੇ ਆ ਹੈਪੀ ਵੀ 10 ਮਿੰਟਾਂ ਦੇ ਵਿੱਚ ਗਰਾਊਂਡ ਦੇ ਵਿੱਚ ਪਹੁੰਚਣ ਜਾ ਰਿਹਾ ਸਤਿੰਦਰਪਾਲ ਸਿੰਘ ਜੀ ਗੋਲਟੀ ਸਾਡਾ ਵੀਰ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਉਹ ਵੀ ਆਪਣਾ ਮਾਣ ਸਨਮਾਨ ਲੈਣ ਜੀ ਹੋ ਗਿਆ ਜੀ ਠੀਕ ਹੈ ਜੀ ਲਾਡੀ ਨੇ ਸਾਡੇ ਵੀਰ ਨੇ ਸਨਮਾਨ ਹਾਸਲ ਕਰ ਲਿਆ ਜੀ ਸੁਖਦੀਪ ਸਿੰਘ ਜੀ ਬਰਾੜ ਕੈਨੇਡਾ ਤੋਂ ਸਾਡੇ ਵੀਰ ਨੇ 15,000 ਪਹੁੰਚਦਾ ਕੀਤਾ ਜੀ ਸੁਖਦੀਪ ਬਰਾੜ ਕੈਨੇਡਾ ਤੋਂ 15,000 ਪਹੁੰਚਦਾ ਕੀਤਾ ਬਹੁਤ ਮਿਹਰਬਾਨੀ ਸ਼ੁਕਰੀਆ ਸੋ ਉਹਨਾਂ ਦੇ ਭਾਈ ਸਾਹਿਬ ਜੋ ਮਾਣ ਸਨਮਾਨ ਲੈ ਰਹੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ ਔਰ ਮੇਰਾ ਸਾਡੀ ਬੇਨਤੀ ਹੈ ਮਨਪ੍ਰੀਤ ਸਿੰਘ ਜੀ ਬਰਾੜ ਸਾਹਿਬ ਸਟੈਟੀ ਦੇ ਪ੍ਰਧਾਨ ਨੇ ਸੋ ਉਹਨਾਂ ਨੂੰ ਮੇਰੀ ਬੇਨਤੀ ਹੈ ਉਹ ਵੀ ਆਪਣਾ ਮਾਣ ਸਨਮਾਨ ਲੈਣ ਜੀ ਮਨਪ੍ਰੀਤ ਸਿੰਘ ਜੀ ਬਰਾੜ ਔਰ ਸਾਡਾ ਵੀ ਦੀਪ ਆਸਟ੍ਰੇਲੀਆ ਵਿੱਚ ਪੱਕੇ ਤੌਰ ਤੇ ਰਨ ਬਸੇਰੇ ਹੈ ਵੱਡੇ ਯੋਗਦਾਨ ਹੈ ਮਨਪ੍ਰੀਤ ਸਿੰਘ ਜੀ ਬਰਾੜ ਸਟੈਟੀ ਪ੍ਰਧਾਨ ਉਹ ਵੀ ਆਪਣਾ ਸਨਮਾਨ ਚ ਲੈਣ ਜੀ ਕਿਉਂਕਿ ਦੋ ਸਨਮਾਨ ਹਰਪ੍ਰੀਤ ਸਿੰਘ ਗੋਲਟੀ ਸਾਡਾ ਵੀਰ ਨਿਤਨਾਮ ਗੋਲਟੀ ਹੈ ਇਹਨੇ ਵੀ ਆਸਟ੍ਰੇਲੀਆ ਤੋਂ ਸਾਨੂੰ 20,000 ਦੀ ਰਾਸ਼ੀ ਪਹੁੰਚਦੀ ਕੀਤੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਲਓ ਰਾਜੂ ਤੁਸੀਂ ਲੈ ਲਓ ਮਾਣ ਸਨਮਾਨ ਉਹਨਾਂ ਦਾ ਆ ਗਏ ਜੀ ਠੀਕ ਹੈ ਜੀ ਸਰਦਾਰ ਬਲਕਾਰ ਸਿੰਘ ਜੀ ਸੈਣੀ ਸੈਣੀ ਪਰਿਵਾਰ ਦਾ ਪਹਿਲਾਂ ਵੀ ਗੱਲ ਕੀਤੀ ਬਹੁਤ ਵੱਡਾ ਯੋਗਦਾਨ ਹੈ ਔਰ ਬਹੁਤ ਵੱਡਾ ਯੋਗਦਾਨ ਹਰਪ੍ਰੀਤ ਸਿੰਘ ਜੀ ਸੈਣੀ ਗੋਲਟੀ ਸਾਡਾ ਵੀਰ ਆਸਟ੍ਰੇਲੀਆ ਵਾਲਾ ਜਿਹਨੇ 20,000 ਦੀ ਰਾਸ਼ੀ ਪਹੁੰਚਦੀ ਕੀਤੀ ਇਹਨਾਂ ਦਾ ਮਾਣ ਸਨਮਾਨ ਸਰਦਾਰ ਬਲਕਾਰ ਸਿੰਘ ਜੀ ਸੈਣੀ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਲੈ ਰਹੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ ਵੱਡਾ ਯੋਗਦਾਨ ਇਸ ਪਰਿਵਾਰ ਦਾ ਵੀ ਔਰ ਅੱਗੇ ਮੇਰੀ ਬੇਨਤੀ ਆ ਜਗਦੀਸ਼ ਬਰਾੜ ਜੀ ਕੈਨੇਡਾ ਉਹ ਵੀ ਆਪਣਾ ਮਾਣ ਸਨਮਾਨ ਲੈਣ ਜੀ ਜਗਦੀਸ਼ ਬਰਾੜ ਕੈਨੇਡਾ 25,000 ਪਹੁੰਚਦਾ ਕੀਤਾ ਜੀ ਅਗਲਾ ਮੈਚ ਬਾਬਾ ਹੀਰਾ ਦਾਸ ਕਲੱਬ ਮਾਲਾ ਕਲਾਂ ਤੇ ਬੂਈਆਂ ਵਾਲਾ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਮਾਲਾ ਤੇ ਬੂਈਆਂ ਵਾਲਾ ਪਿੰਡਰ ਸੀ ਤੇ ਘੋਲੀਆ ਕਲਾਂ ਪੜਾਣਾ ਤੇ ਸੂਰਕੂਰੀ ਜੈਤੋ ਤੇ ਭਾਂਗਰ ਸ਼ਹੀਦ ਸੂਬੇਦਾਰ ਜੁਗਿੰਦਰ ਸਿੰਘ ਕਲੱਬ ਮਾਲਾ ਕਲਾਂ ਤੇ ਵੱਡਾ ਘਰ ਇਹ ਸਾਰੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਹਰ ਬੇਨਤੀ ਹੈ ਸਾਡਾ ਵੀਰ ਜਸਵਿੰਦਰ ਸਿੰਘ ਸੈਣੀ ਰਾਜਾ ਨਿਤਨੇਮ ਹੈ ਯੂਐਸਏ ਚ ਬੈਠਾ ਵੱਡੇ ਮਾਨ ਪਹੁੰਚਦੇ ਕੀਤੇ ਯੂਐਸਏ ਤੋਂ ਸੋ ਸਾਡੇ ਵੀਰ ਜਸਵਿੰਦਰ ਸਿੰਘ ਜੀ ਸੈਣੀ ਇਹਨਾਂ ਦੇ ਭਾਈ ਸਾਹਿਬ ਜੋ ਮਾਣ ਸਨਮਾਨ ਲੈ ਰਹੇ ਆ ਜਸਵਿੰਦਰ ਸਿੰਘ ਸੈਣੀ ਯੂਐਸਏ ਇਹਨਾਂ ਨੇ ਵੱਡਾ ਮਾਣ ਪਹੁੰਚਦਾ ਕੀਤਾ 51,000 ਦੀ ਰਾਸ਼ੀ ਅਮਰਜੀਤ ਸਿੰਘ ਜੀ ਬਰਾੜ ਯੂਐਸਏ ਔਰ ਇਹ ਵੀ ਆਪਣਾ ਮਾਣ ਸਨਮਾਨ ਲੈਣਗੇ ਅਮਰਜੀਤ ਸਿੰਘ ਜੀ ਬਰਾੜ ਸਾਹਿਬ ਇਹ ਵੀ ਇਹਨਾਂ ਨੂੰ ਕਰ ਦਿਓ ਜੀ ਅਮਰਜੀਤ ਸਿੰਘ ਜੀ ਬਰਾੜ ਸਾਹਿਬ ਯੂਐਸਏ ਕਰਮਜੀਤ ਸਿੰਘ ਜੀ ਬਰਾੜ ਨਿਤਨੇਮ ਰਾਜਾ ਔਰ ਯੂਐਸਏ ਤੋਂ ਇਹਨਾਂ ਨੇ ਜਿਹੜੀ ਰਲ ਕੇ ਰਾਸ਼ੀ ਭੇਜੀ 51,000 ਰੁਪਇਆ ਔਰ ਸਾਡਾ ਵੀਰ ਜਸਵਿੰਦਰ ਸਿੰਘ ਸੈਣੀਆਂ ਦਾ ਵੀ ਜਦੋਂ ਫੇਰ ਟੂਰਨਾਮੈਂਟ ਕਰਾਇਆ ਇਹ ਤੋਂ ਵੱਧ ਕੇ ਆਪਾਂ ਸਹਿਯੋਗ ਦੇਵਾਂਗੇ ਸਾਰੇ ਕਲੱਬ ਵਾਲੇ ਮੁੰਡੇ ਦੱਸ ਰਹੇ ਆ ਰਾਜੂ ਜੀ ਉਹ ਕਹਿੰਦੇ ਵੱਧ ਤੋਂ ਸਹਿਯੋਗ ਦੇਵਾਂਗੇ ਅਸੀਂ ਬਹੁਤ ਧੰਨਵਾਦ ਆ ਔਰ ਸੁਖਵੀਰ ਬਰਾੜ ਜੀ ਯੂਐਸਏ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਆ ਤਾਂ ਉਹ ਵੀ ਆਪਣਾ ਮਾਣ ਸਨਮਾਨ ਲਵੇ ਸੁਖਵੀਰ ਬਰਾੜ ਯੂਐਸਏ ਤੋਂ
इन्होंने बड़ा योगदान पहुंचता किया है, बहुत मेहरबानी शुक्रिया। सरदार जगरूप सिंह जी उन्होंने बेनती हुई अपना मान सम्मान लैन गए, 3100 रुपये की राशि इन्होंने दी है, उन्होंने बच्चे जो मान सम्मान लै रहे हैं। सरदार जगरूप सिंह जी इन्होंने बड़ा मान पहुंचा किया है। और जितेंद्र पाल जी लाली सो भी अपना मान सम्मान लै रहे हैं, सो उन्होंने भाई साहब मान सम्मान लै रहे, बहुत मेहरबानी शुक्रिया जी। 2100 रुपये इन्होंने पहुंचा किया जी। बाबा हीरा दास क्लब माला कलां की टीम हाले तक वेटिंग रूम नहीं आई, उन्होंने बेनती है भी जल्दी टीम ग्राउंड आवे, नाल विरोधी टीम बूईयां वाला पिंडर सी ते घोलिया कलां ये सारिया टीमां जल्दी वेटिंग रूम दे विच आ जाण, साडी बेनती है। मैच अपनी समाप्ति वल नूं वध रहा है, बाबा हीरा दास क्लब माला कलां ते बूईयां वाला ये टीमां जल्दी ग्राउंड दे विच आउण दी कृपालता करन। हाँ जी हाकम सिंह जी हरिए वाला सबका सरपंच है, उन्होंने मेरी बेनती होगी अपना मान सम्मान लैना, हरिए वाले तो 2100 रुपया हाकम सिंह जी सरपंच साहब ने पहुंचता किया है। हाँ मैं दस देवा भी अपने क्लब वाले राजू वीर जी अवतार सिंह जी बराड़ हांगकांग पुराने लंगियां वाले थोड़े प्रबंधा वेख के 1100 रुपया खुश होकर हांगकांग वाले अवतार बराड़ ने कहते भी वधिया प्रबंध नार अच्छा बड़ा तो मैच बहुत वधिया चलते हैं। अवतार बराड़ यारां दा यार हांगकांग तो साढ़े प्रदीप हुणा को पहुंचता करता जी हांगकांग तो अवतार बराड़ जी पुराने लंगियां वाले बहुत मेहरबानी शुक्रिया जी। ठीक है जी सरबजीत सिंह जी प्रधान साहब गमेल सिंह जी सरपंच साहब थोड़ा बहुत बहुत धन्यवाद जी, सो जिन्होंने सानू पूरा सहयोग दिता है। तो हुण जी मैं बेनती करांगा सुखराज रोडे जी ग्राउंड की कार्रवाई शुरू करनगे, इधर अपना इस थोड़े समय तो बाद जो समान चल रह गए बाद में जाएंगे जी। ठीक है जी शैणी साहब जी लो मैच देखो दर्शक वीरियो इधर देखो लगता होया जफा कहते कमाल का भरिया हुई दूर है तो समा बीतता जा रहा है। हेलो बेनती बच्चों स्टेज से मगले पास बड़ा बारे रश मारो, मेरी बेनती है स्टेज लगी साड़ी इधर बच्चों बेनती थले हो जाओ चार नहीं खिंची जाने बेनती थले हो जाओ जी। हाँ जी मैं गो टू ग्राउंड मैच दर्शक वीर शुरू होने जा रहा है, बाबा हीरा दास कबड्डी क्लब माला ते बूईयां वाला इधर दर्शकों के हुले हुला रहे हैं पता नहीं क्यों पर मेरे हिसाब नाल कल्ला वाला अंबू ग्राउंड के एंटर होया है इसलिए दर्शकों ने ताड़ी मारी है हौसला बधाया। अज दे समय का स्टार है कहिंदे अंबू की दुनिया दवानी है इनू कहिंदे दुनिया दवानी है जो खिडारी ने ग्राउंड के एंट्री की है आपे ही ताड़ियां वजियां आपे ही हूटिंग हुई है ये तो पता लगता भी लोग वाकई अंबू की खेड नू प्यार करते हैं। ले भी अंबू एक बारी दर्शकों ने फतेह जरूर सांझी कर दर्शक बड़ा प्यार करते ताड़ी मार दो एक बारी
उधर कहंदे माले दी टीम दे लई जिले लुधियाने दे जगराऊ एरिए दा राऊवाल पिंड दा शेरा कबड्डियां पावेगा। लै भी शेरे वीर तू भी फतेह सांझी कर। अज शेरा भी कहंदे विशेष तौर ते माले दी टीम दे लई खेडण लई पुज्जा होया है। माले दा मैच बूईयां वाले दी टीम दे नाल है। अगला मैच भिंडर सी ते घोलिया कलां, इह वी टीमां जल्दी तैयार बर तैयार हो जाण। पढ़ाणा ते सूरकुरी जैतो ते भांगर शहीद सूबेदार जोगिंदर क्लब माला कलां ते वड्डा कर। ये सारियां टीमां जल्दी तो जल्दी ग्राउंड दे नजदीक आ जाण। लो मैच दी शुरुआत होण जा रही है। माले दी टीम कहिंदे खेतां वाली साइड है ते उधर विरोधी टीम बूईयां वाले दी कहिंदे टावर वाली साइड है। लो एक बेहद रौचक मैच की शुरुआत होने जा रही है। पहली कबड्डी बूईयां वाले दी टीम दी तरफों भारी जिहा शरीर है, अंदाजा लाइए तो एक क्वांटल वजन होगा इस नौजवान खिडारी का। लो मैदान दे विच बूईयां वाले दे नौजवान ने कबड्डी पा दी है। केवल उन्होंने नाम कबड्डी के प्रमोटर कहते पूरी दुनिया से छाया होया है। अज छंबे उन्होंने नाल कहते अंबू की जोड़ी प्रसिद्ध होगी, पर डबल टच का इशारा हो चुका है ते पॉइंट बूईयां वाले की टीम दे से। इधर सिद्धवां बेट के एरिए का खिडारी शेरा राऊ वाली कबड्डी पा रहा है। राऊवाल पिंड है ते शेरा नाम है। लो देखो खेड मैदान दे विच दुनिया का मन्या परमन्या खिडारी, पर देखो पहली कबड्डी ते गल मुश्किल हो गई है। लो देखो पर लगता होया जोर वजदा होया पंप, गल किधर नूं जाणी है। हंदियां दे लागे टक्कर है, पर शेरे दे विच वी बड़ी जान है। कहिंदे नाट गैरा ट्रैक्टर वांगू खिंची तुरिया आउंदा है। ताड़ी मार दिओ फिर, वाह क्या बात है, स्वाद आ गया है कि आई एम वेरी हैप्पी हैप्पी यू आर मोर ग्लैड व्हाई आर पीपल बर्निंग सो मच वेरी बैड आई एम वेरी हैप्पी हैप्पी यू आर मोर ग्लैड। इधर फिर नौजवान केसा धारी है मैदान दे विच कबड्डी पै रही है। और देखो बड़ी तेजी दे नाल ते एक तरह का सिट तोड़ता, जिदा अजमेर जलाल वाला कबड्डी पाँदा तो सिट के भुचाल आ जाता है, उस तरह इस नौजवान ने कबड्डी पाई है। तो नंबर धावी के उत्ते जुड़िया है, लखा कबड्डी पा रहा है। एक गाजीपुरी दुनिया के किंग के तौर पर जाने जाता है। पर इधर छोटा जहा कद है माले वाला लखा, बड़ा स्पीडी है, बड़ा शार्प है। और मैदान कबड्डी पै रही है। उधर सुखदेव बूईयां वाले का नाल कहते खेल मैदान कोट करोड़ी के मुकाबला होया है। तो लखे ने एक जानदार नंबर अपनी टीम के लिए जोड़िया है। लै भी बूईयां वाले का नौजवान कबड्डी पा रहा है। निर्मल इस खेल कबड्डी के बारे गल कर जा रहा है। लो सामने देखा भी बूईयां वाले नौजवान की पाई हुई कबड्डी भरमा जिच्छा है। कहते उडू उडू करती हुई जवानी चार जाफी कनी ते अंबू, दुनिया का महान कबड्डी खिडारी है, दुनिया का चेता खिडारी है। दूसरे पासे कुलवंत सिंह कंता शम्मा भी कहते कनेडा के खेड मैदान में खेडा है। लाओ सामने देखता भी की फैसला। गुरजीत सिंह कहता भी डबल टैक हो गया आवे साडे नाल जावे किसे होर नाल, बल्ले चलाक सज्जना आवे साडे नाल जावे किसे होर नाल। लाओ सामने शेरा बाजा भाई शहनशाह की बख्शी हुई सिखी शेरे की पाई हुई कबड्डी है। और जिला लुधियाने नूं बुलाउण करदा पिंड, कहिंदे भी इस वक्त शेरे की पाई हुई कबड्डी राऊवाल पिंड। हैलो कहिंदे होया की है कुड़ी जे तू दिल्ली शहर मैं जट लुधियाने दा इस गोडी। हैलो हैलो ज्ञानी भाई बोल बाहर रह गया भाई यार नूं ओ बाहर कर दे नूं यार फड़ के बाहर कर दे। लो सुखदेव बूईयां वाली रे बहुत सोहनी ट्राई की थी, पर अंक शेरे ने अपनी टीम दे हिस्से जोड़ता है। अगली कबड्डी खालसा गगन सिंह अगे वध के हाथों ला के कली करता परमात्मा नूं याद। कहिंदे रेडर तुरिया पाले तो मार के थापी सामने खड़े ने चारे जाफी, हुण वेंदे नाल चलाकी हथ ला गया छम्मे नूं टैगर रौला हा फरीने। फरने बड़े औखे ने शेर का नक सहे दा लक रेडर की लत कबूतर चीने, फड़ने बड़े औखे ने शेर का नक शेर का नक उड़ने सप कबूतर चीने। गल सच्ची है इन्हां नूं फड़ना हारी सारी दे वस दा काम नहीं। इधर लखे ने कबड्डी पा दित्ती है। इधर देखो पाई हुई कबड्डी ते दर्शक बड़े खुश है। और देखो पाई कबड्डी ते मुकाबला सख्त है। लखा कदे सज्जे कदे खब्बे सुखदेव दे नाल मुकाबला हो गया है। और लखा ते सुखदेव सुखदेव ते लखा एन लखा पूरी स्पीड दे नाल एक जानदार नंबर अपनी टीम दे लई जोड़ चुका है। ते अगली कबड्डी फिर बूईयां वाले दा नौजवान मैदान दे विच पाउण दे लई तैयार बर तैयार है। उधर दर्शक मैचां दा आनंद माण रहे हैं, पूरा स्वाद आ रहा है। कहिंदे कोई चीका मारदा कोई ताड़ियां मारदा कोई ललकारे मारदा आपदे आपदे कहिंदे खेड मैदान दे विच मनोरंजन करन दे ढंग आ। लोक गल करां वाला अंबू कमाल हो गया, ललकारे वजदे है खेड दे मैदान दे अंदर अंबू कल्ला वाला बल्ले बल्ले। इहनूं कहिंदे आ देयर इज अ ग्रेट हसल एंड बसल, प्लेयर्स प्लेइंग कबड्डी कंपीटीशन इज वेरी टफ बिकॉज बोथ प्लेयर्स हैव ए स्ट्रांग बॉडी बोथ प्लेयर्स हैव ए स्ट्रांग बॉडी। कुंडियां दे सिंग फस गए है, माले आयो जे स्वाद आ रहा खुल के ताड़ी मार दियो। वाह
ਠਾਠਾ ਮਾਰਦਾ ਹੋਇਆ ਇਕੱਠ ਇਧਰੋਂ ਮਾਸਟਰ ਸੁਖਰਾਜ ਸਿੰਘ ਜੀ ਰੋਡਿਆਂ ਵਾਲੇ ਕਹਿੰਦੇ ਵੀ ਅੰਗਰੇਜ਼ੀ ਵਿੱਚ ਤੁਹਾਨੂੰ ਆਪਣੀ ਕਮੈਂਟਰੀ ਦਾ ਜ਼ੋਰ ਦਿਖਾ ਰਿਹਾ ਏ ਐਮਏ ਬੀਐਡ ਮੁੰਡਾ ਏ ਔਰ ਪੜ੍ਹਿਆ ਲਿਖਿਆ ਏ ਲਓ ਸਾਹਮਣੇ ਦੇਖਦਾ ਵੀ ਸ਼ੇਰੇ ਦੀ ਪੈਂਦੀ ਹੋਈ ਕਬੱਡੀ ਸਿੱਖੀ ਵੀ ਸਾਂਭੀ ਹੈ ਬਾਜਾਂ ਵਾਲੇ ਸ਼ਹਿਨਸ਼ਾਹ ਦੀ ਵੀ ਬਾਜਾਂ ਵਾਲਿਆ ਬਾਜ ਨੂੰ ਭੇਜ ਛੇਤੀ ਇੱਥੇ ਤਿੱਤਰ ਉਡਾਰੀਆਂ ਮਾਰਦੇ ਨੇ ਤੇਰੇ ਖੰਡੇ ਤੇ ਜਿਨ੍ਹਾਂ ਨੇ ਮੂੰਹ ਮੋੜੇ ਅੱਜ ਫੇਰ ਖੜੇ ਲਲਕਾਰਦੇ ਨੇ ਇਧਰੋਂ ਵੀ ਖਾਲਸੇ ਨੇ ਕਬੱਡੀ ਪਾਈ ਹੈ ਕੇਸਾ ਧਾਰੀ ਗਗਨ ਸਿੰਘ ਅੱਗੇ ਵੱਧ ਕੇ ਸਧੂ ਵਾਲੀਆ ਕਬੱਡੀ ਦੇ ਖੇਡ ਮੈਦਾਨ ਵਿੱਚ ਵਾਧਾ ਹੋਇਆ ਅੱਗੇ ਔਰ ਚਿੱਟਾ ਪੜਕਾ ਸ਼ਾਂਤੀ ਦਾ ਪ੍ਰਤੀਕ ਪਰ ਅੰਬੂ ਕਹਿੰਦੇ ਅਸਲ ਤੂਫਾਨ ਬਣ ਕੇ ਲੱਗਦਾ ਹੋਇਆ ਅੰਬੂ ਵਾਹ ਕੱਲਾਂ ਵਾਲਾ ਅੰਬੂ ਕਹਿੰਦੇ ਕੱਲਾਂ ਦੇ ਨੇ ਜਾਫੀ ਵਾਲੋ ਅੰਬੂ ਲੱਖਾ ਸੋਨਾ ਤੇ ਮੰਗਲ ਵੀ ਫੜਦੇ ਨੇ ਰੇਡਰ ਨੂੰ ਲਾ ਦਿੰਦੇ ਸੰਗਲ ਵੀ ਅਮਨ ਬਲਾੜਾ ਲੰਘੇ ਆਣੀਆਂ ਇਹ ਗੱਲ 16 ਆਨੇ ਸੱਚੀ ਬਈ ਕਹਿੰਦੇ ਫੜ ਫੜ ਰੇਡਰਾਂ ਨੂੰ ਕਰ ਦਿੰਦੇ ਸ਼ੱਕੀ ਬਈ ਫੜ ਫੜ ਰੇਡਰਾਂ ਨੂੰ ਕਰ ਦਿੰਦੇ ਸ਼ੱਕੀ ਬਈ ਅੰਬੂ ਕੱਲਾਂ ਨੂੰ ਕਮੇਟੀ ਵਾਲਾ 100 ਰੁਪਿਆ ਉਧਰ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਹਿੰਦੇ ਇਸੇ ਨੌਜਵਾਨ ਦਾ ਖਿਡਾਰੀ ਲੱਖਾ ਇਸੇ ਨਗਰ ਦਾ ਨੌਜਵਾਨ ਖਿਡਾਰੀ ਹੈ ਚੜ੍ਹਦੀ ਵਰੇਸ ਹੈ ਲਓ ਦੇਖੋ ਮੁਕਾਬਲਾ ਦੋਨੋਂ ਖਿਡਾਰੀਆਂ ਦੇ ਦਰਮਿਆਨ ਹੈ ਪਰ ਲੱਖਾ ਕਹਿੰਦੇ ਜਾਨਦਾਰ ਖਿਡਾਰੀ ਹੈ ਇੱਕ ਜਾਨਦਾਰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਬੂਈਆਂ ਵਾਲੇ ਦਾ ਨੌਜਵਾਨ ਫਿਰ ਕਬੱਡੀ ਪਾ ਰਿਹਾ ਲੈ ਵੀ ਮਾਲੇ ਵਾਲੇ ਛੰਮੇ ਦੇ ਕਾਂਤੇ ਦੇ ਹਾਲੇ ਤੱਕ ਆਪਾਂ ਕਰਾਰੀ ਦੀ ਚਪਟ ਨਹੀਂ ਦੇਖੀ ਦਰਸ਼ਕ ਬੜੇ ਉਤਾਵਲੇ ਇਹਨਾਂ ਦੀ ਖੇਡ ਦੇਖਣ ਨੂੰ ਕਿਉਂਕਿ ਇਸੇ ਨਗਰ ਦੇ ਖਿਡਾਰੀ ਹੈ ਅੱਜ ਮਾਣ ਵਾਲੀ ਗੱਲ ਹੈ ਵੀ ਪਿੰਡ ਦੇ ਵਿੱਚ ਰੌਣਕਾਂ ਬਹਾਰ ਹੈ ਕਿ ਮਾਣ ਵਾਲੀ ਗੱਲ ਅਸੀਂ ਜੰਮੇ ਆ ਪੰਜਾਬ ਵਿੱਚ ਸੋਨੇ ਦੀ ਚਿੜੀ ਦਾ ਮਾਣ ਮਿਲਿਆ ਖਿਤਾਬ ਵਿੱਚ ਮਾਲਕ ਜ਼ਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ ਸਾਡੇ ਸਿਰ ਚੱਲਦੇ ਨੇ ਕਾਰ ਸ਼ਾਹੂਕਾਰਾਂ ਦੇ ਖੁੱਲੇ ਰੱਖੀਏ ਦਿਲਾਂ ਦੇ ਦਰਵਾਜ਼ੇ ਸਾਡੀ ਰੀਸ ਕੌਣ ਕਰ ਲੂ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰੀਸ ਕੌਣ ਕਰ ਲੂ ਲਓ ਬਾਜਾਂ ਵਾਲੇ ਸ਼ਹਿਨਸ਼ਾਹ ਨੇ ਵਾਕਈ ਰਾਜੇ ਬਣਾਉਣ ਵਾਲੀ ਗੱਲ ਹੈ ਔਰ ਚਿੱਟੇ ਪਟਕੇ ਵਾਲਾ ਸ਼ੇਰਾ ਰਾਹੁਲ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਲਓ ਸਾਹਮਣੇ ਦੇਖਦਾ ਵੀ ਹੋਇਆ ਕੀ ਹੈ ਕੁੜੀ ਜੇ ਤੂੰ ਦਿੱਲੀ ਸ਼ਹਿਰ ਦੀ ਨੀ ਮੈਂ ਜੱਟ ਲੁਧਿਆਣੇ ਦਾ ਹੋਇਆ ਕੀ ਹੈ ਕੁੜੀ ਜੇ ਤੂੰ ਦਿੱਲੀ ਸ਼ਹਿਰ ਦੀ ਨੀ ਮੈਂ ਜੱਟ ਲੁਧਿਆਣੇ ਵਾਲਾ ਇੱਧਰ ਫਿਰੋਜ਼ਪੁਰੀਆ ਦੇਖੋ ਕਮਾਲ ਕਰ ਗਿਆ ਫਿਰੋਜ਼ਪੁਰੀਆ ਨੇ ਗਿੱਟਾ ਫੜਿਆ ਤੇ ਸ਼ੇਰਾ ਕਹਿੰਦੇ ਚੱਕੇ ਜਾਮ ਹੋਏ ਪਏ ਹੈ ਪਰ ਸ਼ੇਰਾ ਵੀ ਮਹਾਨ ਹੈ ਆਪਣੇ ਆਪ ਨੂੰ ਯਾਦ ਅਕਾਲ ਵਾਹ ਇਹ ਆ ਸਿੱਖੀ ਦੇ ਜਕਾਰੇ ਵੱਜਦੇ ਅੱਜ ਮਾਲੇ ਕਲਾਂ ਦੀ ਧਰਤੀ ਤੇ ਸ਼ਹੀਦਾਂ ਦੀ ਧਰਤੀ ਹੈ ਸ਼ਹੀਦ ਸੂਬੇਦਾਰ ਜਗਿੰਦਰ ਸਿੰਘ ਅੱਜ ਉਹਨਾਂ ਦੇ ਨਗਰ ਵਿੱਚ ਆਓ ਦੇਖਦੇ ਵੀ ਰੌਣਕਾਂ ਲੱਗੀਆਂ ਗਗਨ ਸਿੰਘ ਖਾਲਸੇ ਨੇ ਫਿਰ ਪਾਈ ਆ ਕਬੱਡੀ ਚਾਰ ਜਾਫੀ ਚੀਨ ਦੀ ਕੰਧ ਬਣ ਕੇ ਖੜ ਗਏ ਆ ਇਧਰ ਅੰਬੂ ਵਾਹ ਕਿਆ ਬਾਤ ਹੈ ਦਰਸ਼ਕ ਲਲਕਾਰੇ ਮਾਰ ਰਹੇ ਹੈ ਕਿ ਰੋਡਿਆਂ ਦਾ ਮੁੰਡਾ ਕਹਿੰਦਾ ਵੱਜਣ ਲਲਕਾਰੇ ਮਾਲੇ ਕਲਾਂ ਵਿੱਚ ਆਈ ਜਾਂਦੇ ਆ ਨਜ਼ਾਰੇ ਰੋਡਿਆਂ ਦਾ ਮੁੰਡਾ ਕਹਿੰਦਾ ਵੱਜਣ ਲਲਕਾਰੇ ਤੇ ਮਾਲੇ ਵਿੱਚ ਆਈ ਜਾਂਦੇ ਆ ਨਜ਼ਾਰੇ ਕਿਉਂ ਮਾਲੇ ਵਾਲੇ ਨਜ਼ਾਰੇ ਆਈ ਜਾਂਦੇ ਆ ਇੱਕ ਵਾਰੀ ਤਾੜੀ ਮਾਰ ਦਿਓ ਫਿਰ ਪਤਾ ਲੱਗ ਜੇ ਆਂਢੀ ਗਵਾਂਢੀ ਪਿੰਡਾਂ ਨੂੰ ਵੀ ਮਾਲੇ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਹੈ ਵਾਹ ਜੀ ਵਾਹ ਅੱਜ ਮਾਲੇ ਵਿੱਚ ਰੌਣਕਾਂ ਲੱਗੀਆਂ ਲੱਖੇ ਦੀ ਪੈਂਦੀ ਕਬੱਡੀ ਹੈ ਔਰ ਸ਼ੀਸ਼ੇ ਵਾਂਗੂ ਚਮਕਦਾ ਪਿੰਡਾ ਸੁਖਰਾਜ ਸਿਆ ਮੁੰਡੇ ਦਾ ਸਾਂਭਿਆ ਹੋਇਆ ਸਰੀਰ ਹੈ ਵੀ ਨੰਗੇ ਪਿੰਡੇ ਤੇ ਜਵਾਨੀ ਚਮਕਦੀ ਹੈ ਜੈਸੇ ਚਮਕਦਾ ਸੋਨਾ ਸੁਨਿਆਰ ਦਾ ਪਤਾ ਲੱਗ ਜੂ ਵਿੱਚ ਮੈਦਾਨ ਦੇ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਏ ਨੰਗੇ ਪਿੰਡੇ ਤੇ ਜਵਾਨੀ ਚਮਕਦੀ ਹੈ ਜੈਸੇ ਚਮਕਦਾ ਸੋਨਾ ਸੁਨਿਆਰ ਦਾ ਏ ਅੱਜ ਨੰਗੇ ਪਿੰਡੇ ਤੇ ਝਲਕਾਂ ਮਾਰਦੀਆਂ ਖਾਧੀ ਹੋਈ ਖਰਾਕਦੀਆਂ ਲਓ ਅਗਲੀ ਕਬੱਡੀ ਫਿਰ ਇਸ ਵਕਤ ਕਬੱਡੀ ਦੇ ਖੇਡ ਮੰਦ ਲੀਡਰ ਗੁੰਦਮਾ ਸਰੀਰ ਧਾਰੀ ਸਰੀਰ ਵਾਲਾ ਇੱਕ ਪਾਸੇ ਸ਼ਮਾ ਖੜਾ ਦੂਸਰੇ ਪਾਸੇ ਦੇਖਾਂਗੇ ਵੀ ਦੁਨੀਆ ਦਾ ਮਹਾਨ ਖਿਡਾਰੀ ਅੰਬੂ ਜਿਹਦੀ ਲੱਖਾਂ ਦੁਨੀਆ ਫੈਨ ਹੋ ਚੁੱਕੀ ਹੈ ਅੱਜ ਕਬੱਡੀ ਤੇ 365 ਲਾਈਵ ਦੇ ਨਾਲ ਸਾਡੇ ਵੀ ਜਸਵਿੰਦਰ ਸਿੰਘ ਜੀ ਸ਼ੈਣੀ ਹੁਣੀ ਅੱਜ USA ਤੋਂ ਜੁੜੇ ਹੋਏ ਆ ਆਪਾਂ ਸਾਰੇ ਬਿਨਾਂ ਸਵਾਗਤ ਕਰਾਂਗੇ ਪਰ ਫੈਸਲਾ ਕੀ ਹੈ ਜੀ ਪੁਆਇੰਟ ਜਾਫੀਆਂ ਦੇ ਹਿੱਸੇ ਵਾਹ ਬਿਲਕੁਲ ਨਹੀਂ ਰੌਲਾ ਪਾਉਣਾ ਬਿਲਕੁਲ ਨਹੀਂ ਰੌਲਾ ਪਾਉਣਾ ਪਿਆਰ ਦੇ ਨਾਲ ਰੈਫਰੀ ਦਾ ਫੈਸਲਾ ਅੰਤਮ ਹੈ ਸਾਡੀ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਜਿਹੜਾ ਅੰਪਾਇਰ ਦਾ ਫੈਸਲਾ ਉਹ ਲਾਸਟ ਫੈਸਲਾ ਅੰਤਮ ਫੈਸਲਾ ਹੈ ਕਿਉਂਕਿ ਜਿਹੜੇ ਰੈਫਰੀ ਉਹ ਸਾਰੇ ਹੀ ਸੁਲਝੇ ਹੋਏ ਹੈ ਚਾਹੇ ਗੁਰਜੀਤ ਖਾਲਸਾ ਚਾਹੇ ਫੂਲੀਆ ਦੀ ਰੇਸ਼ਮ ਦਿਆਲਪੁਰੇ ਦਾ ਦੇਵ ਬਿੱਲਾ ਕਹਿੰਦੇ ਅੰਤਰਰਾਸ਼ਟਰੀ ਲੈਵਲ ਦੇ ਇਹ ਅੰਪਾਇਰ ਹੈ ਇਸ ਲਈ ਇਹਨਾਂ ਦੇ ਫੈਸਲੇ ਤੇ ਆਪਾਂ ਨੂੰ ਸਬਰ ਕਰਨਾ ਪੈਣਾ ਇਹਨਾਂ ਦੇ ਫੈਸਲੇ ਨੂੰ ਮੰਨਣਾ ਪੈਣਾ ਕਿਉਂਕਿ ਫੈਸਲਾ ਬਿਲਕੁਲ ਸੋਚ ਸਮਝ ਕੇ ਬੜੇ ਸਿਸਟੇਮੈਟਿਕ ਢੰਗ ਦੇ ਨਾਲ ਦਿੰਦੇ ਆ ਲੋ ਲੱਖਾ ਕਬੱਡੀ ਪਾ ਰਿਹਾ ਹੈ ਕਿ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਇਧਰ ਆ ਲੱਖਾ ਵੀ ਕਹਿੰਦੇ ਅੱਜ ਦੇ ਸਮੇਂ ਦਾ ਸਟਾਰ ਹੈ ਲੱਖੇ ਦੀ ਕਬੱਡੀ ਪੈ ਰਹੀ ਹੈ ਉਧਰ ਚਾਰ ਜਾਫੀ ਬੂਈਆਂ ਵਾਲੇ ਦੇ ਲੋ ਕੋਟ ਕਰੋੜੀਏ ਨੌਜਵਾਨ ਦੇ ਨਾਲ ਮੁਕਾਬਲਾ ਹੋਇਆ ਤੇ ਨੰਬਰ ਲੱਖੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਮੇਰੇ ਹਿਸਾਬ ਨਾਲ ਮੈਚ ਸਮਾਪਤ ਹੈ ਲੈ ਵੀ ਪੁਆਇੰਟਾਂ ਵਾਲੇ ਆਪਾਂ ਪੁਆਇੰਟ ਜ਼ਰੂਰ ਦੱਸਣੇ ਹੈ ਕਿਉਂਕਿ ਜਿਹੜਾ ਮੈਚ ਨਜ਼ਦੀਕੀ ਮਾਮਲਾ ਹੁੰਦਾ ਕਲੋਜ਼ ਫਾਈਟਿੰਗ ਹੁੰਦੀ ਹੈ ਉਹ ਦਰਸ਼ਕਾਂ ਨੂੰ ਵੀ ਇੰਟਰਸਟ ਹੁੰਦਾ ਵੀ ਕਿਹੜੀ ਟੀਮ ਨੇ ਕਿੰਨੇ ਸਕੋਰ ਹਾਸਲ ਕੀਤੇ ਹੈ ਜੇ ਆਪਾਂ ਸਿੱਧੀ ਜਿੱਤ ਹਾਰ ਦੱਸਦੇ ਉਹ ਸਵਾਦ ਥੋੜਾ ਜਿਹਾ ਘੱਟ ਆਉਂਦਾ ਹੈ ਪਰ ਜੇ ਆਪਾਂ ਪੁਆਇੰਟ ਦੱਸੀਏ ਤਾਂ ਵੱਖਰੀ ਜੀ ਗੱਲ ਬਣ ਜਾਂਦੀ ਹੈ ਇਸ ਮੈਚ ਦੇ ਵਿੱਚ ਕਹਿੰਦੇ ਬੂਈਆਂ ਵਾਲੇ ਦੇ ਪੁਆਇੰਟ 7 ਹੈ ਬੂਈਆਂ ਵਾਲੇ ਦੇ 7 ਪੁਆਇੰਟ
साढ़े सात ते माला कलां दे पॉइंट है ग्यारह देखिया कितनी शांति होगी क्योंकि लोग माले की टीम के नाते बहुत ही शानदार जो मैच देखा है इसे तरह शाम तक कबड्डिया पैनी है अज दुनिया भर के टॉप के खिडारी सारे पुजे हुए हैं बैरोक्या वाला काला भी अंतरराष्ट्रीय पद्धर का खिडारी जो विशेष तौर पर पुजा है पर अज थोड़ी प्रॉब्लम करके नहीं खेडा गया बैरोक वाला काला शहीद भगत सिंह कबड्डी क्लब एडमिंटन के लिए और सोनी सबद्दी हुणां दे लई धाने की टीम लई दोधर बैरोक वाले धाने की टीम लई ऐतकी वारी कनेडा के खेड मैदान खेडिया काला बैरोक के विशेष तौर पर पुजा सोनी सबद्दी हुणां दी टीम लई कहिंदे सोनी दोधर हुणां दी टीम लई कनेडा के खेड मैदान खेडिया बहुत धन्यवाद जी काला बैरोक इधर बेनती है भी राजा कोठा गुरु तो एक वीर इतने आया तो वह साथी बलदेव उन्होंने उड़ीक रहा मेन रोड से वो जिथे भी आवाज़ में सुनता राजा कोठा गुरु तो आया है वो अपने साथी दे बलदेव दे संपर्क कर ले उड़ीक इंतजार कर रहा है इधर मैच दर्शक वीरो फिर शुरू होने जा रहा है दोनों टीमों के खिलाड़ी तैयार बर तैयार ने जोड़ा मैच है भिंडर ते घोलिया कलां इन्हां टीमों के दरमियान शुरू होने जा रहा है भिंडर वर्सज घोलिया कलां पढ़ाणा ते सूरकुरी शहीद सूबेदार जोगिंदर सिंह माला कलां ए ते वड्डा कर जैतो ते भांगर निधा वाला ते भाणा जनेतपुरा ते समालसर ये सारिया टीमों के खिलाड़ी जल्दी तो जल्दी ग्राउंड आने की कृपालता कर लो मैच शुरू हो चुका है ते पहली कबड्डी इधर भिंडर वाला नौजवान पाने तैयार है उधर कहते घोलीए की टीम टावर वाली साइड है लो चार जाफी घोलीए दे लो पट्टा के उपर थापियां मार रहे हैं गेले घोलीए ने तकड़ी कबड्डी खेडी है पट का फड़ाक बड़ा फेमस होया लो उसे दे पिंड दे चार जाफी है जगसीर जजू कहते आस्ट्रेलिया दे विच रैन बसेरे किए हैं पर पहली कबड्डी ते दयालपुर दे देव दा फैसला भी नंबर रेडर दे सिर जस्ट हो चुका है अगली कबड्डी मैदान देखो इस खिडारी का पिंड पत्तो अमरी नाम है लोग घोलीए कलां की तरफों पत्तो वाला कबड्डी पा रहा है एक पत्तो की हरजीत फ्रेंड्स कबड्डी अकैडमी पूरी दुनिया के मन्नी परमन्नी अकैडमी है लोग उस नगर का खिलाड़ी बड़ा तेज है एक जानदार नंबर अपनी टीम के लिए जोड़ता होया इधर भिंडर की तरफों गोल मटोल जा गभरू कबड्डी वाकई गोल मटोला सुखराज सिंह आरतियों के सराहने वगैरह पाया चार छपेरों मुंडा गुंदिया पाया पर इस वक्त पता लगेगा भी कि शरीर में कितनी ताकत है मुंडा छोटी उम्र का सामने देखांगे गुरविंदर सिंह कहते भी मलेशिया भी खेडिया है लाओ सामने देखता भी गुरविंदर सिंह बहुत ही शानदार जफा ला के घोलीए वाला लाओ अगली कबड्डी घोलीए वाला गबरू कमांडो लाओ कमांडो की पाई हुई शामले जी रंग कबड्डी है घोलिया पिंड बड़ा मशहूर है कहते गाजियाणिया काला घोलीए का गेला भी लाते जफा लुट लेंदे सी मेला भी और गाजियाणी का काला घोलीए का गेला भी बड़ी मशहूर जोड़ी रही उन्होंने भी जिवें भीमे की और तो कहते गल होंगी गागो हुणा की गल होंगी हरजीत बराड़ की और अपने समय के प्रसिद्ध खिलाड़ी है लो गेले घोलीए के पेंडू सामने खड़े है कौन जफा लावेगा गुरविंदर सिंह चिट्टी पट्टी लो लखी खड़ा है इस वक्त पाई हुई कबड्डी सामने चार जाफिया से बोलिया लखी ऐसे टच किया होया है लखी बहुत ही वधिया खिलाड़ी है पर सामने वेखांगा भी हांध्या दे लग गया कि मुकाबला सख्त होंदा होया भी पासे हट जावे बाबू गड्डी आ गई स्टेशन से मैनू माइया वेखण दे गड्डी आ गई स्टेशन से लो पत्तो वाला फिर कबड्डी पाउण दे लई अगे वाधा होया कहिंदे अमरी नाम है पत्तो पिंड है लो गुंदिया होए शरीर है पर हल्का जिहा टच किया ते इक जानदार नंबर इस खिडारी ने अपनी टीम दे लई जोड़ दिता पंज छे ते सत्त अक्तूबर जिले फरीदकोट का पिंड सुखण वाला उत्थों के खेड मेले की है कबड्डी आल ओपन दियां अठ टीमां एंटर होणगियां 61,000 ते 41,000 प्राइज दिता जाना है नाल बेस्ट रेडर जाफी नूं मोटरसाइकिल दिते जाने हैं 80 किलो दे विच 25 ते 18 प्राइज है 60 किलो च 9,000 ते 7100 है वालीबाल शूटिंग के मुकाबले भी होणगे इधर देखो मैदान दे विच घोलीए वाले ने जफा ला दिता है एक पॉइंट अपनी टीम दे लई जोड़ दिता है इधर कमांडो दा घोलीआ पिंड है गुंदिया होया शरीर के चुंग बूरियां बनाए असी गुंदवें शरीर एडी हिक मित्रां दी पार होना नहीं उतीर पर उधर देखो जाफी दा सेखा पिंड है ते कमाल करदा होया पट्टी होई खुच ते कमाल हो चुकी है नंबर कहिंदे भिंडरां दी टीम दे सिर जस्ट हो चुका है वाह जी वाह एसी अवतार सिंह सेखे वाला जिन्हें खुच भर के बहुत सोहनी कैंची ला के अंक अपनी टीम दे हिस्से जोड़ता केवल सेखे दे पेंडू कहिंदे केवल सेखा कौकां दा तां तुहानूं याद करूं संसार अज दुनिया चेते करदी ना खिडारियों नूं कहिंदे तूतां दा गुरजीत ते सैदोकां दे मक्खण नूं कुल दुनिया जानदी यारो तुर जो भावे उत्तर ते दखण नूं डोली भाई दा नीना ते शिकंदर माड़ी दा कालवां दा पहलवान ते काका कारी सारी दा लंघी आणियां बेंत बराड़ा इहने हीरे पुत पंजाब दे तत्तीवाना लगे खिड़े रहने फुल गुलाब दे तत्तीवाना लगे खिड़े रहने फुल गुलाब दे साडे पंजाब दे हीरे गुलाब दे फुल अगली कबड्डी पत्तो हीरा सिंह दा खिडारी समझे देखांगा पिंड पत्तो हीरा सिंह अमरी नाम कबड्डी दे खेड मैदान दे पत्तो कोले खाई सुणी दी खाई कोले दीना तै मन मोह लावे
कबड्डी का शकीना तै मन मोलिया भाई कबड्डी का शकीना पत्तो खाई दीना ये लागे लागे सारे मैं क्या पिंड मित्रो मुंडा कदा उडना पिंड मित्रो ये मुंडा कदा उडना पिंड मित्रो मैच की समाप्ति हो चुकी है। घोलिया कलां की टीम जेतू है। अगला मैच पढ़ाना ते सूर कुरी पढ़ाना ते सूर कुरी टीम जल्दी देर ग्राउंड दे एंटर हो जाए। उस तो अगे शहीद सूबेदार जोगिंदर सिंह माला कला ए ते वड्डा कर इन्हां टीमां नूं भी बेनती है भी जल्दी तो जल्दी तैयार बर तैयार होके ग्राउंड दे विच पहुंचण दी कृपालता करन। लै भी उधर माले वाला हैप्पी भी अपना ट्रैक्टर तैयार करी बैठा 15-20 मिनट दे तक उन्हें भी ग्राउंड दे विच एंटर हो जाना है। कई दर्शक वीर उस वीर दे खेड़ स्टंटा दा मनोरंजन कर लई पहुंचे हुए है। उन्हां दा भी कहंदे उड़ीक खत्म होने जा रही है कुछ समय दे दौरान वो भी साढ़े दरम्यान पहुंचने जा रहा है। मैच पढ़ाना ते सूर कुरी इन्हां टीमां दा ते टीमां जल्दी ग्राउंड दे विच आ जाण पढ़ाना ते सूर कुरी। और बेनती हैप्पी नूं भी तैयारी बटला जिवें सगराज ने गल कीती वी उहदे भी बड़े फैन आ जदों असीं बाहर गए हैं घट्टो घट्ट 50 बंदिआं ने सर नूं पुछिआ भाई कदों स्टंट करने होणे कदों स्टंट करने। मेरी बेनती हैप्पी जी तुहाडा भी काफ़ी इंतजार है तुसीं भी तैयारी करो और बहुत वधिया करतब करके तुहानूं इस वक्री जी गल करके दिखाउणी इस टूरनामेंट विच। उधरों अवतार बराड़ जी हांगकांग वाले साडे यार लंघिआं ने पुराणे वाले अज सीधियां जारां तारां जोड़ के 365 दे नाल बैठे है ते वधिया प्रबंध वेख के कमेटी इहनां नूं 1100 रुपया क्यों प्रदीप जी 1100 रुपया भाई जी ने भाई अवतार सिंह जी बराड़ कहिंदे वी कोई फालतू बंदा नहीं ਰਾਜ ਸਕੋਰਾਂ ਤੱਕ ਕਮੈਂਟਰੀ ਵਾਲਾ ਇਕੱਲੇ ਰੈਫਰੀ ਆ ਜੇ ਇਹਨਾਂ ਬਿਨਾਂ ਸਰਦਾ ਹੁੰਦਾ ਇਹਨਾਂ ਨੂੰ ਬਾਹਰ ਕੱਢ ਦਿੰਦੇ ਪਰ ਇਹ ਆਪਣੀ ਮਜਬੂਰੀ ਆ ਕਿ ਰੈਫਰੀਆਂ ਦਾ ਅੰਦਰ ਜਾਣਾ ਹੈ ਕਿਉਂ ਸਕਰਾਸ ਇਹ ਗੱਲ ਵੈਸੇ ਹਸਨ ਖੇਡ ਵਾਲੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਰ ਪ੍ਰਬੰਧ ਮਾਲੇ ਦਾ ਪ੍ਰਬੰਧ ਵੇਖ ਕੇ ਕਮੇਟੀ ਦੀਆਂ ਦੇ ਤਾੜੀ ਲਾਓ ਇੱਕ ਵਾਰੀ ਜ਼ੋਰਦਾਰ ਯਾਰ ਇਹ ਤਾਂ 35-35 ਜਣੇ ਕਮੇਟੀ ਵਾਲੀ ਵਿੱਚ ਫਿਰਦੇ ਹੁੰਦੇ ਵੀ ਗੱਲ ਆਪਾਂ ਆਮ ਟੂਰਨਾਮੈਂਟਾਂ ਤੇ ਵਿਹਨੇ ਆ ਪਰ ਬਹੁਤ ਸੋਹਣਾ ਪ੍ਰਬੰਧ ਹੈ ਬਾਹਰ ਜਿਹੜੇ ਲਾਈਵ ਤੇ ਬੈਠੇ ਸਾਡੇ ਵੀ ਜਸਵਿੰਦਰ ਸ਼ੈਣੀ ਹੁਣੀ ਅਮਰਜੀਤ ਹੁਣੀ ਆ ਸਾਡੇ ਵੀ ਕਰਮਜੀਤ ਸੁਣੀ ਉਹ ਵੀ ਮੁਬਾਰਕਬਾਦ ਭੇਜ ਰਹੇ ਆ ਔਰ ਸਾਡੇ ਵੀ ਜਸਵਿੰਦਰ ਹੁਣੀ ਅੱਜ ਦੇ ਇਸ ਟੂਰਨਾਮੈਂਟ ਨੂੰ ਕਹਿੰਦੇ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਆ ਮੁਬਾਰਕਬਾਦ ਆ ਜੀ ਅੱਜ ਦੇ ਟੂਰਨਾਮੈਂਟ ਦੀ ਸਾਰੀ ਟੂਰਨਾਮੈਂਟ ਕਮੇਟੀ ਨੂੰ। ਲੋ ਮੈਚ ਸ਼ੁਰੂ ਹੋਣ ਜਾ ਰਿਹਾ ਪੜਾਣਾ ਤੇ ਸੂਰ ਕੁਰੀ ਮਾਲੇ ਕਲਾਂ ਦੀ ਟੀਮ ਵੀ ਆਪਣੀ ਤਿਆਰੀ ਫੜ ਕੇ ਜਲਦੀ ਤੋਂ ਜਲਦੀ ਵੇਟਿੰਗ ਰੂਮ ਦੇ ਵਿੱਚ ਆ ਜਾਵੇ। ਮਾਲਾ ਕਲਾਂ ਵੱਡਾ ਕਰ ਦੇ ਨਾਲ ਮੈਚ ਹੈ ਜੈਤੋ ਤੇ ਭਾਂਗਰ ਇਧਰ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਿੰਡਰ ਵਰਸਜ ਸੂਰ ਕੁਰੀ ਦੋਨੋਂ ਟੀਮਾਂ ਦੇ ਖਿਡਾਰੀ ਤਿਆਰ ਬਰ ਤਿਆਰ ਨੇ। ਸੂਰ ਕੁਰੀ ਦੀ ਟੀਮ ਕਹਿੰਦੇ ਟਾਵਰ ਵਾਲੀ ਸਾਈਡ ਹੈ ਤੇ ਪੜਾਣੇ ਦੀ ਟੀਮ ਖੇਤਾਂ ਵਾਲੀ ਸਾਈਡ ਹੈ। ਇਧਰ ਪਹਿਲੀ ਕਬੱਡੀ ਬਿੱਲਾ ਨਾਮ ਹੈ ਸੂਰ ਕੁਰੀ ਵਾਲਾ ਬਿੱਲਾ ਲੋ ਬਿੱਲੇ ਦੀ ਕਬੱਡੀ ਪੈ ਚੁੱਕੀ ਹੈ। ਇਹ ਖਿਡਾਰੀ ਵੀ ਬੜਾ ਤੇਜ਼ ਹੈ ਪਰ ਇਧਰ ਦੇਖੋ ਤੇਜ਼ ਨੂੰ ਤੇਜ਼ ਟੱਕਰਨਾ ਤੇ ਗੱਲ ਕੀ ਹੈ। ਸ਼ਮਾ ਰਾਈਆਂ ਵਾਲਾ ਪਿੰਡ ਇਸ ਮੁੰਡੇ ਦਾ ਜ਼ਿਲ੍ਹਾ ਫਰੀਦਕੋਟ ਨੂੰ ਬਰਾਉਂ ਕਰਦਾ ਤਾੜੀ ਮਾਰ ਦਿਓ ਪਹਿਲੀ ਕਬੱਡੀ ਤੇ ਪਹਿਲਾ ਜਫਾ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸ਼ਮਾ ਰਾਈਆਂ ਵਾਲੇ ਪਿੰਡ ਦਾ ਜ਼ਿਲ੍ਹਾ ਫਰੀਦਕੋਟ ਔਰ ਸਾਹਮਣੇ ਦੇਖਦਾ ਵੀ ਸ਼ਾਨਦਾਰ ਜਫਾ ਲਾ ਕੇ ਅੱਜ ਕੱਲ੍ਹ ਟੌਪ ਦਾ ਜਾਫੀ ਬਣ ਗਿਆ। ਸ਼ਮਾ ਵੀ ਲੰਮੇ ਸਮੇਂ ਤੋਂ ਕਬੱਡੀ ਦਾ ਅੱਜਾ ਹੈ ਹਰਮੇਲ ਦਾ ਵੀ ਪਿੰਡ ਕਹਿੰਦੇ ਰਾਈਆਂ ਵਾਲਾ ਥੋੜੀ ਸੱਟ ਲੱਗਣ ਦੇ ਕਾਰਨ ਕਬੱਡੀ ਤੋਂ ਦੂਰ ਹੋਣਾ ਪਿਆ ਹੈ। ਅਗਲੀ ਕਬੱਡੀ ਸਾਹਮਣੇ ਫਿਰ ਪੈਂਦੀ ਹੋਈ ਕਬੱਡੀ ਦੇ ਖੇਡ ਮੈਦਾਨ ਵਿੱਚ ਔਰ ਬਹੁਤ ਹੀ ਸੋਹਣਾ ਚੱਲਦਾ ਹੋਇਆ ਮੈਚ ਭਾਣੇ ਵੱਲੋਂ ਔਰ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਤਿਆਰੀ ਫੜ ਲਓ ਜੀ। ਅਸ਼ੀਤ ਸੂਬੇਦਾਰ ਜਗਿੰਦਰ ਸਿੰਘ ਮਾਲਾ ਕਲਾਂ ਏ ਤੇ ਵੱਡੇ ਕਰਦਾ ਮੈਚ ਹੈ ਅਗਲੀਆਂ ਟੀਮਾਂ ਵੀ ਤਿਆਰੀ ਫੜ ਕੇ ਜਲਦੀ ਗਰਾਊਂਡ 'ਚ ਆਉਣਗੀਆਂ। ਇਧਰ ਕਹਿੰਦੇ ਸੂਰ ਕੁਰੀ ਦੀ ਤਰਫੋਂ ਦੂਸਰੀ ਕਬੱਡੀ ਤੇ ਆਪਣੇ ਹਿੱਸੇ ਦੀ ਪਹਿਲੀ ਕਬੱਡੀ ਅਰਸ਼ੀ ਪਾ ਰਿਹਾ ਹੈ ਇੱਕ ਅਰਸ਼ ਭਲੂਰ ਵਾਲਾ। ਇਧਰ ਦੇਖੋ ਸੂਰ ਕੁਰੀ ਵਾਲੇ ਅਰਸ਼ੀ ਦੀ ਕਬੱਡੀ ਪੈਂਦੀ ਹੋਈ ਹੁੰਦਿਆ ਹੋਇਆ ਸਰੀਰ ਹੈ ਚੜ੍ਹਦੀ ਰੇਸ ਦਾ ਖਿਡਾਰੀ ਹੈ। ਲਓ ਦੇਖੋ ਚੱਕੇ ਜਾਮ ਹੋ ਗਏ ਤੁਰੀ ਜਾਂਦੀ ਰੇਲ ਦੇ ਤੈਨੂੰ ਦੇਖ ਕੇ ਉਹ ਗੱਲ ਹੋ ਗਈ ਹੈ ਵੀ ਦੂਸਰੀ ਕਬੱਡੀ ਹੈ ਤੇ ਲਗਾਤਾਰ ਦੂਸਰਾ ਜੱਫਾ ਪੜਾਣੇ ਵਾਲਿਆਂ ਨੇ ਲਾ ਦਿੱਤਾ ਹੈ। ਕਹਿੰਦੇ ਮੈਚ ਵਨ ਸਾਈਡਡ ਹੁੰਦਾ ਜਾ ਰਿਹਾ ਹੈ ਕਿਉਂਕਿ ਉਧਰ ਕਹਿੰਦੇ ਕਬੱਡੀਆਂ ਪੈ ਰਹੀਆਂ ਤੇ ਇਧਰ ਲਗਾਤਾਰ ਜੱਫੇ ਲੱਗ ਰਹੇ ਹੈ। ਅਗਲੀ ਕਬੱਡੀ ਪੜਾਣੇ ਵਾਲਾ ਫਿਰ ਪਾਉਣ ਦੇ ਲਈ ਪੁੱਟੋ ਉਹਨਾਂ ਦੇ ਨਾਮ ਚੱਲਿਆ ਕਬੱਡੀ ਦੀ ਦੁਨੀਆ ਦੇ ਵਿੱਚ। ਬੱਬੂ ਨੇ ਕਹਿੰਦੇ ਤਗੜੀ ਕਬੱਡੀ ਖੇਡੀ ਹੈ ਲੋ ਪੜਾਣੇ ਵਾਲਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਐਨ ਪੂਰੀ ਤਿਆਰੀ ਦੇ ਵਿੱਚ ਅੱਗੇ ਵੱਧਦਾ ਹੋਇਆ ਪਾਈ ਹੋਈ ਕਬੱਡੀ ਦੇ ਮੁਕਾਬਲਾ ਕਹਿੰਦੇ ਦੇਖਾਂਗੇ ਕਿਸ ਖਿਡਾਰੀ ਦੇ ਨਾਲ ਹੈ। ਬਰਗਾੜੀ ਪਿੰਡ ਆ ਤੇ ਬੂਟਾ ਨਾਮ ਹੈ ਇੱਕ ਬੂਟਾ ਸੱਦੇ ਵਾਲੀਆ ਪਹਿਲਾਂ ਖੇਡ ਕੇ ਗਿਆ ਇੱਕ ਮਾਣੂ ਕਹਿੰਦਾ ਬੂਟਾ ਪਰ ਇਧਰ ਬਰਗਾੜੀ ਵਾਲੇ ਦੇ ਨਾਲ ਮੁਕਾਬਲਾ ਤੇ ਪੁਆਇੰਟ ਧਾਵੀ ਦੇ ਸੇ। ਵਾਹ ਅਗਲੀ ਕਬੱਡੀ ਸੂਰ ਕੁਰੀ ਦਾ ਬਿੱਲਾ ਵੀ ਦੁੱਧ ਦੀ ਰਾਖੀ ਬਿੱਲਾ ਬੈਠਾ ਹੱਥ ਪੈਰ ਤਾਂ ਮਾਰੂਗਾ ਅਰਜੀ ਪਾਸੇ ਨਹੀਂ ਰੀਸਾ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚਵਾਲ ਨਹੀਂ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਝੀਆਂ ਚਰਾ ਕੇ 12 ਸਾਲ ਨਹੀਂ ਆ ਕੱਢ ਕੇ ਗਰਾਊਂਡ ਵਿੱਚੋਂ ਮਾਰਿਆ ਹੁੰਦਾ ਜਿਵੇਂ ਮੱਖਣ ਚਵਾਲ ਨਹੀਂ ਗਰਾਊਂਡੋਂ ਕੱਢ ਕੇ ਮਾਰਿਆ ਏ। ਬਹੁਤ ਹੀ ਸ਼ਾਨਦਾਰ ਜਫਾ ਲਾ ਕੇ ਅੰਕ ਪੁਰਾਣੇ ਵਾਲੇ ਮੁੰਡੇ ਨੇ ਆਪਣੀ ਟੀਮ ਦੇ ਹਿੱਸੇ ਜੋੜਤਾ। ਅਗਲੀ ਕਬੱਡੀ ਪੁਰਾਣੇ ਵਾਲਾ ਮੁੰਡਾ ਲਓ ਸਾਹਮਣੇ ਵੇਖਦਾ ਫਿਰ ਕਬੱਡੀ ਕਬੱਡੀ ਕਰਦਾ ਹੋਇਆ ਕੌਣ ਜਫਾ ਲਾਵੇਗਾ ਸ਼ੀਣੀ ਮਾਨ ਦਾ ਬੱਬਰ ਸ਼ੇਰ ਪੁੱਤ ਜਿਵੇਂ ਛਿੱਪੀ ਦੇ ਵਿੱਚੋਂ ਮੋਤੀ ਹੁਣ ਪੈਦਾ ਐਵੇਂ ਤੁਰਦੀਆਂ ਗੱਲਾਂ ਜਿੱਤੇ ਰਹਿੰਦੀਆਂ ਨੇ ਜਦੋਂ ਕੋਈ ਜ਼ਾਲਮ ਜਨਤਾ ਤੇ ਜ਼ੁਲਮ ਕਰਦਾ ਉਦੋਂ ਵੀਰਾਂ ਦੀਆਂ ਤੇਗਾਂ ਤਣਦੀਆਂ ਨੇ ਇੱਕ ਇੱਕ ਮੋਤੀ ਤੋਂ ਲੱਖਾਂ ਦਾ ਹਾਰ ਬਣਦਾ
ਤੇ ਕੌਮਾਂ ਨਾਲ ਕੁਰਬਾਨੀਆਂ ਬਣਦੀਆਂ ਨੇ, ਕਹਿੰਦੇ ਕੌਮਾਂ ਨਾਲ ਕੁਰਬਾਨੀਆਂ ਬਣਦੀਆਂ ਨੇ। ਲਓ ਅੱਜ ਕੁਰਬਾਨੀਆਂ ਵਾਲੀ ਗੱਲ, ਸ਼ਹੀਦ ਸੂਬੇਦਾਰ ਜਗਿੰਦਰ ਸਿੰਘ ਦਾ ਪਿੰਡ ਅਸ਼ੀਦੀ ਪ੍ਰਾਪਤ ਕੀਤੀ ਹੈ, ਅੱਜ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਜੀ। ਮੈਚ ਦੀ ਸਮਾਪਤੀ ਹੋ ਚੁੱਕੀ ਹੈ ਤੇ ਉਧਰ ਬਿੱਲਾ ਵੀ ਹੱਸ ਰਿਹਾ ਵੀ ਗੱਲ ਕਿੱਦਾਂ ਦੀ ਹੋ ਗਈ ਹੈ। ਪੁਆਇੰਟ ਮੇਰੇ ਹਿਸਾਬ ਨਾਲ ਸੂਰ ਘੂਰੀ ਦਾ ਵਾਹਿਗੁਰੂ ਵਾਹਿਗੁਰੂ ਨਾਮ ਜਹਾਜ਼ ਹੈ, ਪੁਆਇੰਟ ਕਹਿੰਦੇ ਹੋਇਆ ਹੀ ਨਹੀਂ ਤਿੰਨ ਕਬੱਡੀਆਂ। ਪਰ ਸਮੇਂ ਦੀ ਗੱਲ ਹੈ, ਵਕਤਾਂ ਦੀ ਗੱਲ ਹੈ ਕਿ ਕਈ ਵਕਤਾਂ ਦੇ ਮਾਰੇ ਔਖੇ ਸੌਖੇ ਕਰਨ ਗੁਜ਼ਾਰਾ, ਕਈਆਂ ਨੂੰ ਪਤਾ ਨਾ ਕੋਈ ਕਿੰਨੀਆਂ ਮਹਿੰਗੀਆਂ ਕੋਠੀਆਂ ਕਾਰਾਂ, ਕਈ ਭੁੱਖੇ ਸੌਂਦੇ ਨੇ, ਕਈ ਫੰਕਸ਼ਨ ਕਰਨ ਹਜ਼ਾਰਾਂ, ਯਤੀਮ ਸੜਕੀ ਰੁਲਦੇ ਨੇ, ਕਈ ਕਹਿੰਦੇ ਅਸੀਂ ਜੰਮੇ ਘਰ ਸਰਦਾਰਾਂ, ਕਈਆਂ ਨੂੰ ਘਰੇ ਕੋਈ ਪੁੱਛਦਾ ਨਾ, ਕਈ ਕਹਿੰਦੇ ਸਾਥੋਂ ਪੁੱਛ ਕੇ ਚੱਲਣ ਸਰਕਾਰਾਂ, ਕਈਆਂ ਦੀ ਕਿਸੇ ਨਾ ਬਣਦੀ ਨਾ, ਕਈ ਕਹਿੰਦੇ ਫੱਟੇ ਚੱਕ ਦੇਣੇ ਸਾਡੀਆਂ ਯਾਰਾਂ, ਕਹਿੰਦਾ ਸੁਖਰਾਜ ਰੋਡਿਆਂ ਵਾਲਾ ਇਸ ਦੁਨੀਆਂ ਦੇ ਮੇਲੇ ਤੋਂ ਕਿਸੇ ਨੇ ਲੈ ਕੇ ਕੁਝ ਨਹੀਂ ਜਾਣਾ, ਰਲ ਪਿਆਰ ਵਧਾ ਲਓ ਜੀ ਐਵੇਂ ਖਾਓ ਨਾ ਕਿਸੇ ਨਾਲ ਖਾਰਾਂ, ਰਲ ਪਿਆਰ ਵਧਾ ਲਓ ਜੀ ਐਵੇਂ ਖਾਓ ਨਾ ਕਿਸੇ ਨਾਲ ਖਾਰਾਂ, ਰਲ ਮਿਲ ਕੇ ਰਹਿਣਾ। ਟੀਮਾਂ ਵੀ ਜਲਦੀ ਪਹੁੰਚਣ ਜੀ, ਅਗਲੇ ਮੁਕਾਬਲੇ ਦੀਆਂ ਟੀਮਾਂ ਨੂੰ ਬੇਨਤੀ ਹੈ। ਇਧਰ ਮਾਲੇ ਦੀ ਟੀਮ ਪਹੁੰਚ ਰਹੀ ਹੈ, ਇੱਕ ਵਾਰੀ ਤਾੜੀ ਮਾਰ ਦਿਓ ਲੱਖਾ ਸਰੇਰਾਂ ਵਾਲਾ, ਅੱਜ ਮਾਲੇ ਦੀ ਟੀਮ ਲਈ ਕਬੱਡੀਆਂ ਪਾਵੇਗਾ। ਮਾਨੂੰ ਕਹਿੰਦੇ ਟੂਰਨਾਮੈਂਟ ਦਾ ਕਹਿੰਦੇ ਘੋੜੇ ਦਾ ਜੇਤੂ ਹੈ, ਅਨੇਕਾਂ ਟੂਰਨਾਮੈਂਟਾਂ ਤੇ ਬੈਸਟ ਅਵਾਰਡ ਹਾਸਲ ਕੀਤਾ ਲੱਖੇ ਨੇ। ਅੱਜ ਦੇ ਸਮੇਂ ਦੇ ਵਿੱਚ ਲੱਖੇ ਦੀ ਦੁਨੀਆ ਦੀਵਾਨੀ ਹੈ, 6 ਫੁੱਟ 2.5 ਇੰਚ ਕੱਦ ਹੈ, 1 ਕੁਇੰਟਲ 8 ਕਿਲੋ ਵਜ਼ਨ ਹੈ। ਅੱਜ ਦੇ ਸਮੇਂ ਦਾ ਸਟਾਰ ਮਾਲੇ ਦੀ ਟੀਮ ਦੇ ਲਈ ਖੇਡੇਗਾ। ਉਹ ਦੇਖੋ ਅੱਜ ਪੁਰਾਣਾ ਖਿਡਾਰੀ, ਇੱਕ ਵਾਰੀ ਬੀਤੇ ਦਿਨਾਂ ਦੇ ਤਾੜੀ ਮਾਰੋ ਯਾਰ, ਸਭ ਤੋਂ ਲੰਮੀ ਪਾਰੀ ਖੇਡਣ ਵਾਲਾ ਆ ਤੁਹਾਡੇ ਨਗਰ ਦਾ ਬੀਤਾ, ਸਰੀਰ ਨੂੰ ਸਾਂਭਿਆ ਏ, ਨਸ਼ਾ ਤੋਂ ਬਚ ਕੇ ਇਸ ਖਿਡਾਰੀ ਵੱਲ ਧਿਆਨ ਕਰੋ ਸਾਰੇ ਮੇਰੇ ਪਿੰਡ ਵਾਲੇ ਜਿੰਨੇ ਖਿਡਾਰੀ ਹੈ, ਵੀ ਇਸੇ ਤਰ੍ਹਾਂ ਜੇ ਨਸ਼ਾ ਤੋਂ ਬਚੋਗੇ ਤਾਂ ਲੰਮੀ ਪਾਰੀ ਕਬੱਡੀ ਖੇਡੋਗੇ। ਇਹਦੇ ਨਾਲ ਦੇ ਸਾਰੇ ਖਿਡਾਰੀ ਹਟ ਚੁੱਕੇ ਨੇ, ਆਪਾਂ ਨੂੰ ਸਭ ਨੂੰ ਪਤਾ ਹੈ ਜੀ। ਹਾਂਜੀ ਬਾਈ, ਜਦੋਂ ਬਣਾਉਣਾ ਸੀ ਅਗਲੀ ਟੀਮਾਂ? ਆਪਾਂ ਕਿਹਾ ਸੀ ਵੀ ਵਨ ਸਾਈਡਡ ਮੈਚ ਹੋ ਗਿਆ, ਸੂਰ ਘੂਰੀ ਵਾਲਾ ਦਾ ਪੁਆਇੰਟ ਕੋਈ ਹੋਇਆ ਹੀ ਨਹੀਂ, ਇਸ ਲਈ ਵਿਰੋਧੀ ਟੀਮ ਹਾਕੀ ਹੈ ਜੀ। ਪ੍ਰਤਾਪ ਮਾੜਾ ਜਿਹਾ ਸਾਂਭੋ ਸਾਊਂਡ ਨੂੰ। ਪਿਛਲੇ ਮੈਚ ਦੇ ਵਿੱਚੋਂ ਪੜਾਣੇ ਦੀ ਟੀਮ ਜੇਤੂ ਰਹੀ ਹੈ। ਮੈਚ ਹੁਣ ਸ਼ੁਰੂ ਹੋਣ ਜਾ ਰਿਹਾ, ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਮਾਲਾ ਕਲਾਂ ਏ ਤੇ ਵੱਡਾ ਘਰ ਜੈਤੋ ਤੇ ਭਾਂਗੜੇ ਵੀ ਜਲਦੀ ਆ ਜਾਣ, ਨਿਹਦਾ ਵਾਲਾ ਵਰਸਜ ਭਾਣਾ ਜਨੇਤਪੁਰਾ ਤੇ ਸਮਾਲਸਰ, ਸਾਰੀਆਂ ਟੀਮਾਂ ਨੂੰ ਸਾਡੀ ਗੁਜ਼ਾਰਿਸ਼ ਹੈ ਵੀ ਜਲਦੀ ਤੋਂ ਜਲਦੀ ਟੀਮਾਂ ਤਿਆਰ ਬਰ ਤਿਆਰ ਹੋ ਕੇ ਗਰਾਊਂਡ ਦੇ ਨਜ਼ਦੀਕ ਆਉਣ ਦੀ ਕਿਰਪਾਲਤਾ ਕਰਨ। ਮਾਲੇ ਦੀ ਟੀਮ ਕਹਿੰਦੇ ਉਧਰ ਟਾਵਰ ਵਾਲੀ ਸਾਈਡ ਹੈ ਤੇ ਵੱਡੇ ਘਰ ਦੀ ਟੀਮ ਖੇਤਾਂ ਵਾਲੀ ਸਾਈਡ ਹੈ। ਲੈ ਵੀ ਬਾਈ ਇਧਰ 60 ਕਿਲੋ ਵਾਲੇ ਖੜੇ ਆ, ਕਹਿੰਦੇ ਸਾਡਾ ਮੈਚ ਜਲਦੀ ਕਰਾਓ, ਤੁਸੀਂ ਅਨਾਊਂਸ ਕਰੋ ਵੀ ਇਹਨਾਂ ਦਾ ਮੈਚ ਕਿੰਨੇ ਵਜੇ ਕਰਾਉਣਾ ਤੇ ਕਦੋਂ ਕਰਾਉਣਾ। ਲਓ ਮੈਚ ਮਾਲਾ ਕਲਾਂ ਵਰਸ ਜੋ ਵੱਡਾ ਘਰ ਇਹਨਾਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ। ਮਾਲੇ ਕਲਾਂ ਦੀ ਟੀਮ ਦੇ ਵਿੱਚ ਕਹਿੰਦੇ ਬਤੌਰ ਰੇਡਰ ਲੱਖਾ ਸਨੇਰਾ ਵਾਲਾ ਤੇ ਬਤੌਰ ਜਾਫੀ ਡਾਲੇ ਵਾਲਾ ਆਤਮਾ ਦੋ ਖਿਡਾਰੀ ਅੱਜ ਖੇਡ ਰਹੇ ਹੈ। ਲਓ ਪਹਿਲੀ ਕਬੱਡੀ ਲੇਖਾ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਅੱਜ ਦੇ ਸਮੇਂ ਦਾ ਸਟਾਰ ਹੈ, ਲੱਖੇ ਦੀ ਦੁਨੀਆ ਦੀਵਾਨੀ ਹੈ ਕਿ ਹੰਧਿਆਂ ਤੇ ਖੜਾ ਦੇਖੋ ਰੱਬ ਨੂੰ ਧਿਆਉਂਦਾ ਏ, ਤਾਂ ਹੀ ਉਹ ਤਾਂ ਜਾਗੇ ਦੀ ਖੇਡ ਨੂੰ ਸਲਾਉਂਦਾ ਏ। ਲਓ ਕਹਿੰਦੇ ਘੋੜਿਆਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਲੱਖਾ ਸਨੇਰਾ ਵਾਲਾ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਹੈ। ਇੱਧਰ ਵੱਡੇ ਕਰਦੇ ਚਾਰ ਜਾਫੀ ਲੈ ਵੀ ਲੰਗਿਆਂ ਦੀਆਂ ਕਬੱਡੀ ਪੈ ਰਹੀ ਹੈ। ਵਾਹ, ਚਾਰ ਜਾਫੀ